Thank you.
Sungur. सारे प्रेमी दयारा दी नाम परवाह करते हुए सतगुरु की हजूरी च पहुंचे हैं। आओ अपने सतगुरु नू शरदा दे नाल नमस्कार करन तों बाद बीबिया बीबिया आले पासे बैठो, भाई भाइयों आले पासे बैठो, जिथे जगह मिलती है प्रेम नाल बैठ जाओ। जे अंदर जगह की खिलत है बाहरले पासे बैठ जाओ, खुली जगह पई है, सुनदा सार ही है। समा बच्चा बीबिया बाहर बैठ जाया करो। आओ गुरु की हजूरी च पहुंचा मनुखा दे प्राप्त हुई है, मनुखा ने तो प्राप्त होगी पर जिहड़ा सफलता साधन का नहीं आपां नूं पता है, वह कद प्राप्त होगा। आपां आपो अपने मतां दे सूर ने, जद गुरु वाला बनेगा ना गुरु वाला, फिर इस नूं मनुखा दे सफल करन दा रस्ता गुरु कोलों मिलेगा। जेड़ा नवरा इंसान है, चाहे गरीब है, चाहे अमीर है, चाहे राजा है, चाहे राणा है, ओनू कदे मनुखा दे प्राप्त नहीं होगी, सफलता तो कितने रहेगी। गुरु साहब ने गुरबाणी दे विच लिखा, सतगुर वाजो गुर नहीं कोई, सारिया मतां दे विच गुरु हुंदे हन। नगुरे का है नाम बुरा, जिहड़ा नगुरा आदमी है ना नगुरा, ओहदा तां कहिंदे नौ लैण से भी पाप चढ़दा। जैसे जिहड़ा अमृती है सिख है, जिन्हें अमृत पान कर लिया वह कदे बेअमृती दा जूठा नहीं खावेगा। जे वो जूठा खांदा तां समझो फिर वह सिख ही नहीं है। पत तो हो गया सिखी तो, जो गुरु साहब का हुक्म है उसनू छट गया हो, फिर मनुखा दे कैसे सफली होगी। और इस तरह दे नाल हर एक मत दे विच गुरु वाला बन के मनुखा दे सफला हुंदा। पिछले जद तो ये युग चले ने, सियाणिया ऋषिया मुनिया लोकां ने दुनिया चार हिस्सों दे विच समा वंड दिता, सत युग, त्रेता, द्वापर और कल युग। पंजवा कोई युग नहीं है, ना युग होना है पंजवा। जैसे गुरु साहब ने लिखा है जीव वास्ते, जीव नूं उपदेश कीता है शरीर दे संबंध करके, है जीव तू है ज्ञानी, तेनू पता नहीं इस गल का मैं परमेश्वर तो विछड़ के किवें भटकदा फिरदा। गुरु साहब जी आपां नूं चेतावनी कराउंदे ने, फिरत फिरत बहुते युग हारियो। युग तां चार ने, सारे महाराज जी ने बहुते को लिखा इत्थे, इहदा भी कोई भाव है गुरमुखो बहुते लिखण दा। क्यों गुरु हुंदा सरवग, उसनू पता भी इह युग किस तरह चलदे ने। कहिंदे जद कल युग आ जाएगा, कल युग तां फिर परमेश्वर दी इक माया, ओ माया द्वारा सतयुग ला देगा। माया एक ऐसी चीज है परमेश्वर दी,
ਹੁਣ ਆਪਣੀ 100 ਸਾਲ ਦੀ ਉਮਰ ਆ ਨਾ, ਉਹ ਮਾਇਆ ਆਪਣੀ ਉਮਰ ਲੱਖ ਵਰਸ਼ ਦੀ ਕਰ ਦੇਵੇਗੀ। ਕਹਿੰਦੇ ਮਾਇਆ ਦੇ ਵਿੱਚ ਤਾਕਤ ਆ, ਇੱਕ ਚੀਜ਼ ਨੂੰ ਛਿੰਨ ਦਿਖਾੜ ਕੇ ਹਟ ਜੂਗੀ। ਇੱਕ ਚੀਜ਼ ਨੂੰ ਕਹਿੰਦੇ ਕਲਪਾਂ ਤਾਂ ਦਿਖਾਲੀ ਜਾਵੇਗੀ, ਕਲਪਾਂ ਤਾਂ। ਇਸ ਮਾਇਆ ਨੂੰ ਪਰਮੇਸ਼ਰ ਜਾਣਦਾ, ਜਾਂ ਜਿਹੜੇ ਉਸਦੇ ਵਿੱਚ ਭੇਦ ਹੋ ਗਏ ਗੁਰਸਿੱਖ ਮਹਾਂਪੁਰਸ਼, ਉਹ ਜਾਣਦੇ ਨੇ ਵੀ ਰੱਬ ਦੀ ਮਾਇਆ ਕੀ ਹੈ। ਦੇਖ ਲਓ ਇੱਕ ਛਿੰਨ ਦੇ ਵਿੱਚ ਕਿਤਨਾ ਸਮਾਂ ਬਤੀਤ ਕਰਾ ਦਿੰਦੀ ਹੈ ਮਾਇਆ ਜਿਹੜੀ। ਹੁਣ 100 ਸਾਲ ਕਰਾਉਂਦੀ ਆ ਆਪਾਂ ਨੂੰ। ਜੀਵ ਮਰਦਾ ਨਹੀਂ, ਇਹ ਹੋਰ ਸਰੀਰ ਦੇ ਵਿੱਚ ਚਲਿਆ ਜਾਂਦਾ। ਜਦ ਇਹ ਹੋਰ ਸਰੀਰ ਦੇ ਵਿੱਚ ਚਲਿਆ ਜਾਵੇਗਾ ਜਾਂ ਕਲਯੁਗ ਖਤਮ ਹੋ ਜਾਵੇਗਾ, ਤਾਂ ਇਸਦੀ ਇਨਸਾਨ ਦੀ ਲੱਖ ਵਰਸ਼ ਦੀ ਉਮਰ ਹੋ ਜਾਵੇਗੀ। ਇਹ ਜੀਵ ਨੂੰ ਉਪਦੇਸ਼ ਕਰਦੇ ਹੋਏ ਗੁਰੂ ਸਾਹਿਬ ਜੀ ਦੱਸਦੇ ਨੇ, ਰੂਹ ਤੈਨੂੰ ਮੈਂ ਤੋਂ ਵਿਛੜ ਕੇ ਭਟਕਦੀ ਫਿਰਦੀ ਨੂੰ ਬਹੁਤ ਯੁੱਗ ਹੋ ਗਏ। ਯੁੱਗ ਤਾਂ 4 ਨੇ ਸਾਰੇ, ਤੇ ਆਪਣੀ ਨਿਗਾਹ ਲਪੱਗ ਦੀ 4 ਥਾਈ ਖੁੱਲੀ ਹੋਈ ਹੈ। ਜਿਹੜਾ ਸਰਵਗ ਗੁਰੂ ਹੁੰਦਾ ਉਹਦੀ ਨਿਗਾਹ ਬਹੁਤ ਵਿਸ਼ਾਲ ਹੁੰਦੀ ਹੈ। ਫਿਰਤ ਬਹੁਤੇ ਯੁੱਗ ਹਾਰਿਓ, ਮਾਨੁਸ਼ ਦੇ ਲਹੀ। ਆਏ ਜੀਵ ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋ ਗਈ, ਤੇਰਾ ਕੋਈ ਧੂਈ 'ਚ ਡੱਕਾ ਸਿੱਟਿਆ ਹੋਇਆ। ਇਹ ਆ ਕਿਸੇ ਜੂਨੀ ਦੇ ਵਿੱਚ ਕਿਸੇ ਮਹਾਂਪੁਰਸ਼ਾਂ ਦੀ ਸੇਵਾ ਕਰ ਦਿੱਤੀ, ਉਹ ਸੇਵਾ ਦਾ ਫਲ ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋਊਗੀ। ਇਹ ਹੋ ਜਾਂਦਾ ਗੁਰਮੁਖੋ, ਜਿਹੜੇ ਤਰਕਾਲੀ ਮਹਾਤਮਾ ਨੇ ਨਾ, ਉਹ ਜਾਣਦੇ ਨੇ ਇਸ ਗੱਲ ਨੂੰ। ਹਰ ਇੱਕ ਨਹੀਂ ਜਾਣ ਸਕਦਾ। ਜੈਸੇ ਮਾਸੂ ਵਾਲੇ ਸੰਤ ਮਹਾਰਾਜ ਜੀ ਹੋਏ ਨੇ ਅਤਰ ਸਿੰਘ ਨਾਮ, ਪਹਿਲਾਂ ਦਾ ਪੋਠੋਵਾਰ ਦੇ ਵਿੱਚ ਬਹੁਤ ਤਪ ਕਰਿਆ ਉਹਨਾਂ ਨੇ। ਦਾਦੇ ਨੇ ਵੀ ਇਤਨੀ ਸਮਾਧੀ ਲੱਗ ਗਈ ਸੀ ਉਹਨਾਂ ਦੀ ਬੈਠਿਆਂ ਦੀ ਅੰਦਰ, ਜਿਹੜੀ ਸ਼ੌਂਕ ਆ ਉਸਨੇ ਪਹਿਲਾਂ ਤਾਂ ਆਸਣ ਖਾਧਾ, ਫਿਰ ਕਸ਼ਹਿਰਾ ਖਾ ਗਈ, ਲੀੜਾ ਹੁੰਦਾ ਜਿਹੜਾ, ਫਿਰ ਜਿਹੜਾ ਪੱਟਾਂ ਦਾ ਮਾਸ ਆ ਉਹ ਵੀ ਖਾ ਗਈ। ਜਦ ਉਹਨਾਂ ਦੀ ਸੁਰਤ ਆਤਮਾ ਤੋਂ ਥੱਲੇ ਉਤਰੀ ਤਾਂ ਫਿਰ ਸਰੀਰ ਭਾਸਣ ਲੱਗਿਆ। ਸਰੀਰ ਓਨਾ ਚਿਰ ਭਾਸਦਾ ਹੈ ਰੂਹ ਨੂੰ ਜਿੰਨਾ ਚਿਰ ਸਰੀਰ 'ਚ ਰਹਿੰਦੀ ਹੈ। ਇੱਕ ਆਪਾਂ ਨੂੰ ਵੀ ਇਹ ਅਵਸਥਾ ਭਾਸਦੀ ਹੈ, ਜਦ ਆਪਾਂ ਘੂਕ ਨੀਂਦ ਸੁੱਤੇ ਪਏ ਹੁੰਦੇ ਹਾਂ ਨਾ, ਸਾਉਣ ਸਲੀਪ ਕਹਿੰਦੇ ਨੇ ਜੀ, ਅਤੇ ਆਪਾਂ ਨੂੰ ਵੀ ਪਤਾ ਨਹੀਂ ਹੁੰਦਾ ਸਰੀਰ ਕਿੱਥੇ ਹੈ, ਘਰ ਕਿੱਥੇ ਹੈ, ਬੈੱਡ ਕਿੱਥੇ ਹੈ, ਬੱਚੇ ਕਿੱਥੇ ਨੇ। ਇਸੇ ਤਰ੍ਹਾਂ ਜਿਹਦੀ ਸੁਰਤ ਆਤਮਾ ਦੇ ਵਿੱਚ ਚਲੀ ਜਾਵੇਗੀ ਉਹਨੂੰ ਸਰੀਰ ਭਾਸਣੋਂ ਹਟ ਜਾਵੇਗਾ, ਦੁੱਖ ਸੁੱਖ 'ਤੇ ਵੀ ਅੱਗੇ ਲੱਖ ਜਾਵੇਗੀ। ਤਾਂ ਫਿਰ ਜਦ ਹੌਲੀ ਹੌਲੀ ਥੱਲੇ ਉਤਰਦੀ ਹੈ, ਜਿਹੜੇ ਹੁਣ ਵੀ ਵਿਆਸੀ ਵਿਆਸ ਕਰਦੇ ਨੇ ਉਹਨਾਂ ਦੇ ਨਾਲ ਵੀ ਇਹ ਗੱਲ ਵਾਪਰਦੀ ਹੈ। ਜਿਤਨੀ ਕੋਈ ਸਾਧਨਾ ਅਭਿਆਸ ਕਰਦਾ ਨਾ, ਉਤਨੀ ਸੁਰਤ ਆਤਮਾ ਦੇ ਵਿੱਚ ਇਕਾਗਰ ਜੁੜਨੀ ਇਸ ਤਰ੍ਹਾਂ ਦੇ ਨਾਲ ਸ਼ੁਰੂ ਹੋ ਜਾਂਦੀ ਹੈ। ਕਈਆਂ ਨੂੰ ਝਲਕ ਹੀ ਪੈਂਦੇ ਨੇ ਆਤਮਾ ਦੇ, ਸੁਰਤ ਖੜਦੀ ਨਹੀਂ ਹੈ ਉੱਥੇ, ਖੜਦੀ ਤਾਂ ਨਹੀਂ, ਅਭਿਆਸ ਅਜੇ ਪੂਰਾ ਨਹੀਂ ਹੋਇਆ। ਜਦ ਫਿਰ ਕਹਿੰਦੇ ਸਿਰ ਸੁਰਤ ਆਤਮਾ 'ਚ ਚਲੀ ਜਾਂਦੀ ਹੈ ਤਾਂ ਫਿਰ ਸਰੀਰ ਬੇਖਬਰ ਹੋ ਜਾਂਦਾ, ਸੌਂ ਜਾਂਦਾ ਸੌਂ। ਜਦ ਫਿਰ ਮਹਾਤਮਾ ਦੀ ਸੁਰਤ ਜਾਂ ਕਿਸੇ ਮਤ ਦਾ ਕੋਈ ਪ੍ਰੇਮੀ ਥੱਲੇ ਉਤਰਦੀ ਹੈ, ਫਿਰ ਉਹ ਸਰੀਰ ਦੇ ਵਿੱਚ ਆਉਂਦੀ ਹੈ।
ਸਰੀਰ ਦੇ ਵਿੱਚ ਆ ਕੇ ਫਿਰ ਉਹ ਸਰੀਰ ਨੂੰ ਹਿਲਾਉਂਦੀ ਹੈ, ਫੁਰਨਾ ਕਰਦੀ ਹੈ। ਆਤਮਾ ਦੇ ਵਿੱਚ ਤਾਂ ਕੋਈ ਫੁਰਨਾ ਨਹੀਂ ਨਾ ਹੈ। ਫਿਰ ਹੌਲੀ ਹੌਲੀ ਸਰੀਰ ਸੁੱਤਾ ਪਿਆ ਹੁੰਦਾ, ਉਹ ਫਿਰ ਹੌਲੀ ਹੌਲੀ ਗੋਡੇ ਹਿਲਾਉਂਦਾ, ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਫਿਰ ਉਹ ਖੂਨ ਚੱਲਣਾ ਸ਼ੁਰੂ ਹੋ ਜਾਂਦਾ। ਫਿਰ ਇਸ ਤਰ੍ਹਾਂ ਦੇ ਨਾਲ ਉੱਠਦੇ ਨੇ ਜਿਹੜੇ ਬੰਦਗੀ ਕਰਦੇ ਨੇ, ਆਪਾਂ ਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ ਹੈ। ਤਾਂ ਜਦ ਸੰਤ ਮਹਾਰਾਜ ਜੀ ਨੇ ਪੱਟਾਂ ਦੇ ਹੇਠ ਦੀ ਹੱਥ ਫੇਰਿਆ, ਸਾਰੇ ਹੱਥ ਲਹੂ ਨਾਲ ਭਰ ਗਏ। ਉਹ ਇਸ ਤਰ੍ਹਾਂ ਦੇ ਨਾਲ ਸਮਾਧੀ ਲਾਉਂਦੇ ਹੁੰਦੇ ਸੀ ਗੁਰੂ ਕੋ, ਹਰ ਇੱਕ ਨਹੀਂ ਲਾ ਸਕਦਾ ਸਮਾਧੀ। ਉਹ ਵਿਆਸ ਦੁਆਰਾ ਸਮਾਧੀ ਲੱਗੀ, ਐਵੇਂ ਨਹੀਂ ਲੱਗਣੀ। ਉਹ ਇਸ ਤਰ੍ਹਾਂ ਦੇ ਨਾਲ ਜੀ ਸਮਾਧੀ ਆ ਆਤਮਾ ਜਿਹੜਾ, ਉੱਥੇ ਸਰੀਰ ਦੀ ਬੇਖਬਰੀ ਹੋ ਜਾਂਦੀ ਹੈ, ਜਾਣੀ ਸਰੀਰ ਪਾਸੋਂ ਹਟ ਜਾਂਦਾ ਉੱਥੇ। ਉਹ ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਮਨੁੱਖਾ ਸਰੀਰ ਹੈ, ਗੁਰੂ ਸਾਹਿਬ ਜੀ ਕਹਿਣ ਲੱਗੇ, ਇਹ ਜੀਵ ਫਿਰਤ ਫਿਰਤ ਬਹੁਤੇ ਜੁਗਾਰ ਮਾਨੁਸ਼ ਦੇ ਲਹੀ, ਨਾਨਕ ਕਹਿਤ ਮਿਲਣ ਕੀ ਵਰੀਆ। ਪਰਮੇਸ਼ਰ ਨੂੰ ਜਾਂ ਸਰਗੁਣ ਸਤਿਗੁਰੂ ਦਾ ਜਿਹੜਾ ਨਿਰਗੁਣ ਸਰੂਪ ਹੈ, ਉਸ ਦੇ ਵਿੱਚ ਭੇਦ ਹੋਣ ਵਾਸਤੇ ਮਿਲੀ ਹੈ। ਜਿਹਦੇ ਕੋਲ ਕੋਈ ਵਿੱਦਿਆ ਨਾ, ਉਹਦੇ ਸੰਗਤ ਔਰ ਉਸਦੇ ਸੰਗ ਕਰੇ ਸੀ ਉਹ ਪ੍ਰਾਪਤ ਹੋਵੇਗੀ, ਵਰਨਾ ਨਹੀਂ ਹੋਣੀ। ਹੁਣ ਆਪਣਾ ਸਰੂਪ ਆਤਮਾ ਨਹੀਂ ਹੈ, ਆਪਣਾ ਸਰੂਪ ਤਾਂ ਜੀਵ ਹੈ। ਆਪਾਂ ਆਪਣੇ ਆਪ ਨੂੰ ਜੀਵ ਹੀ ਮੰਨਦੇ ਹਾਂ, ਤੇ ਫਿਰ ਆਪਾਂ ਆਤਮਾ ਨਾਲ ਕਿਵੇਂ ਜੋੜ ਦਾਂਗੇ ਕਿਸੇ ਨੂੰ? ਜਿਹੜਾ ਸਰਗੁਣ ਸਤਿਗੁਰੂ ਹੁੰਦਾ, ਉਹ ਨਿਰਗੁਣ ਤੋਂ ਸਰਗੁਣ ਸਰੀਰ ਧਾਰਦਾ ਹੁੰਦਾ, ਤੇ ਆਪਾਂ ਕਰਮਾਂ ਦੇ ਮਾਰੇ ਫਿਰਦੇ ਹਾਂ ਭੱਜੇ। ਹੁਣ ਆਪਾਂ ਜਿਹੇ ਜਿਹੇ ਕਰਤੱਵ ਕਰਾਂਗੇ ਨਾ ਇਹ ਸਰੀਰ ਦੇ ਵਿੱਚ, ਉਹ ਜਿਹਾ ਸਰੀਰ ਆਪਾਂ ਨੂੰ ਅੱਗੇ ਮਿਲ ਜਾਵੇਗਾ। ਜੇ ਸਰੀਰ ਦੇ ਸੰਬੰਧ ਕਰਕੇ ਇਸਦੀ ਸੁਰਤ ਆਤਮਾ ਨਾਲ ਜੁੜ ਗਈ, ਤਾਂ ਫਿਰ ਜਦ ਇਹ ਸਰੀਰ ਦੀ ਉਮਰ ਪੂਰੀ ਹੋਵੇਗੀ, ਸਰੀਰ ਹੋਰ ਹੈ, ਸਾਹ ਹੋਰ ਨੇ, ਜੀਵ ਹੋਰ ਹੈ, ਆਤਮਾ ਹੋਰ ਹੈ, ਇਹ ਸਾਰਿਆਂ ਦਾ ਸੰਗਮ ਕਰਿਆ ਪਰਮੇਸ਼ਰ ਨੇ। ਆਓ ਇਸ ਤਰ੍ਹਾਂ ਦੇ ਨਾਲ ਜਿਹੜਾ ਸਰਗੁਣ ਸਤਿਗੁਰੂ ਹੈ, ਉਹ ਫਿਰ ਆਪਣਾ ਨਿਰਗੁਣ ਸਰੂਪ ਜਣਾਉਂਦਾ ਜਗਿਆਸੂਆਂ ਨੂੰ, ਹਰ ਇੱਕ ਮਤ ਦੇ ਜਣਾਉਂਦੇ ਨੇ। ਉਹ ਇਸ ਤਰ੍ਹਾਂ ਦੇ ਨਾਲ ਉਹ ਫਿਰ ਜਿਹੜਾ ਉਹਨਾਂ ਦਾ ਨਿਰਾਕਾਰ ਆਤਮਾ, ਉਹਦੇ ਨਾਲ ਜੋੜਦੇ ਨੇ ਆਪੋ ਆਪਣੇ ਮਤਾਂ ਅਨੁਸਾਰ। ਨਹੀਂ ਜੀ ਬਸ ਭੜਕਦਾ ਫਿਰਦਾ, ਮਾਨੁਸ਼ ਦੇ ਲਈ ਮਨੁੱਖਾਂ ਦੇ ਪ੍ਰਾਪਤ ਹੋਊਗੀ। ਆਓ ਜਦ ਤਪ ਕਰਦੇ ਹੋਏ ਸੰਤ ਮਹਾਰਾਜ ਜੀ ਮਸਤੂ ਆਣੇ ਵਾਲੇ, ਜਿੱਥੇ ਮਸਤੂ ਆਣਾ ਉੱਥੇ ਇੱਕ ਮਹਾਤਮਾ ਰਹਿੰਦਾ ਸੀ ਬਰਾਕਤ, ਉਹ ਚਿੜੀ ਦੇ ਵਿੱਚ, ਉਹ ਸੀ ਤਰਕਾਲੀ। ਉਸਨੇ ਪੰਜ ਸਿੰਘ ਸੱਦੇ, ਜਿਹਨਾਂ ਦੇ ਵਿੱਚ ਵਿਸ਼ਨੂੰ ਨਰਸਿੰਘ ਨਾਮੇ ਵੀ ਸਿੱਖ ਸੀ, ਉਹਨਾਂ ਕੋਲ ਆਉਂਦੇ ਜਾਂਦੇ ਸਨ। ਕਹਿਣ ਲੱਗੇ ਵੀ ਪ੍ਰੇਮੀਏ, ਉਹ ਕਰੋ ਜਾਓ ਸ੍ਰੀ ਅੰਮ੍ਰਿਤਸਰ ਸਾਹਿਬ, ਪ੍ਰਕਰਮਾਂ ਦੇ ਵਿੱਚ ਇੱਕ ਤੁਹਾਨੂੰ ਮਹਾਤਮਾ ਮਿਲੇਗਾ, ਉਹ ਤੁਹਾਡਾ ਨਾਂ ਲੈ ਕੇ ਬੁਲਾਵੇਗਾ ਤੁਹਾਨੂੰ, ਤੁਸੀਂ ਫਿਰ ਉਸਨੂੰ ਇੱਥੇ ਲੈ ਆਉਣਾ। ਉਹ ਪੰਜ ਸਿੱਖ ਚਲੇ ਗਏ, ਪ੍ਰਕਰਮਾਂ ਦੇ ਵਿੱਚ ਫਿਰਦੇ ਰਹੇ। ਉੱਧਰੋਂ ਸੰਤ ਮਹਾਰਾਜ ਜੀ ਆ ਗਏ, ਸਰੀਰ ਸੁੱਕਿਆ ਪਿਆ ਲੱਕੜੀ ਵਰਗਾ,
ਜਿਹੜਾ ਉਹਨਾਂ ਦਾ ਗ੍ਰੰਥ ਬਣਾਇਆ ਹੋਇਆ ਨਾ, ਉਹਦੇ ਵਿੱਚ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਸਾਧਨ ਕਾਲ ਦੀ। ਉਸ ਫੋਟੋ ਨੂੰ ਦੇਖ ਕੇ ਕੋਈ ਸਿਆਣ ਨਹੀਂ ਸਕਦਾ ਵੀ ਇਹ ਮਾਸੂਆਂ ਵਾਲੇ ਸੰਤ ਨੇ, ਜਿਹੜੀਆਂ ਬਾਅਦ ਦੀਆਂ ਫੋਟੋਆਂ ਉਹਨਾਂ ਦੀਆਂ ਲਈਆਂ ਹੋਈਆਂ। ਇੱਕ ਉਹਨਾਂ ਦੀ ਅੱਖਾਂ ਦੇ ਵਿੱਚ ਫਰਕ ਸੀਗਾ, ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੀ ਵੀ ਤੁਸੀਂ ਫੋਟੋ ਦੇਖੋਗੇ, ਅੱਧੀਆਂ ਅੱਖਾਂ ਖੁੱਲੀਆਂ, ਅੱਧੀਆਂ ਮੀਟੀਆਂ ਹੋਈਆਂ ਨੇ। ਸਾਰੀਆਂ ਅੱਖਾਂ ਖੁੱਲਣ ਵਾਲੀ ਕੋਈ ਫੋਟੋ ਨਹੀਂ ਹੋਵੇਗੀ। ਇਸੇ ਤਰ੍ਹਾਂ ਹੀ ਮਸਤੂ ਵਾਲੇ ਸੰਤ ਮਹਾਰਾਜ ਦੀਆਂ ਫੋਟੋਆਂ ਦੇਖੋ ਜਿੰਨੀਆਂ ਹੋਏਗੀ, ਸਾਰੇ ਨੇਤਰ ਨਹੀਂ ਸੀ ਉਹ ਖੋਲਦੇ, ਅੱਧੇ ਖੋਲਦੇ ਹੁੰਦੇ ਸੀ ਬਸ। ਉਹ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਦ ਨਮਸਕਾਰ ਕਰੀ ਤਾਂ ਉਹ ਕਹਿਣ ਲੱਗੇ, ਭਾਈ ਬਿਸ਼ਨ ਸਿੰਘ ਜੀ ਆ ਗਏ ਤੁਸੀਂ? ਕਹਿੰਦੇ ਹਾਂ ਮਹਾਰਾਜ ਜੀ, ਇਸ ਤਾਂ ਆ ਗਏ। ਕਹਿੰਦੇ ਚਲੋ, ਅਸੀਂ ਤੁਹਾਨੂੰ ਇਹ ਉਡੀਕਦੇ ਸੀ। ਇਹ ਤਰਕਾਲੀ ਦੀ ਗੱਲ ਹੈ, ਅਗਰ ਉਹ ਆਪਾਂ ਨੂੰ ਤਾਂ ਕੋਲ ਖੜਿਆ ਨੂੰ ਪਤਾ ਨਹੀਂ ਵੀ ਕੀ ਹੈ, ਉਹਨਾਂ ਦੇ ਵਿੱਚ ਇਹ ਵਾਸਤਾ ਕਿਉਂ ਆ ਗਈ। ਉਹਨਾਂ ਨੇ ਗੁਰੂ ਵਾਲੇ ਬਣ ਕੇ ਗੁਰੂ ਦੇ ਹੁਕਮ ਅਨੁਸਾਰ ਫਿਰ ਨਾਮ ਦਾ ਅਭਿਆਸ ਕੀ, ਨਾਮ ਨੂੰ ਖੋਜਿਆ। ਜਿਹੜੀ ਨਾਮ ਦੇ ਵਿੱਚ ਤਾਕਤ ਹੈ ਨਾ, ਖੋਜ ਕੇ ਉਸਨੂੰ ਆਪਣੇ ਅੰਦਰ ਪੈਦਾ ਕਰ ਲਿਆ। ਕਹਿੰਦੇ ਨਾਮ ਔਰ ਨਾਮੀ ਇੱਕੋ, ਕਹਿੰਦੇ ਜਿੱਥੇ ਨਾਮ ਆਜੂ ਉੱਥੇ ਨਾਮੀ ਆਜੂਗਾ, ਜਿੱਥੇ ਨਾਮ ਨਹੀਂ ਆਇਆ ਕਦੇ ਨਾਮੀ ਨੇ ਨਹੀਂ ਆਉਣਾ ਉੱਥੇ ਬਾਅਦ। ਦੇਖ ਲਓ, ਜਿੱਥੇ ਨਾਮੀ ਆਇਆ ਪਹਿਲਾਂ ਨਾਮ ਨਾਲ ਸੁਰਤ ਜੋੜੀ ਆ ਹਰ ਇੱਕ ਮਤ ਦਿਨ। ਜੈਸੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖੋ ਆ ਸਾਇਨ ਨਾਈ, ਸੀਤਾ ਗ੍ਰਸਤੀ ਵਿਚਾਰਾ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਉਹਦੀ ਡਿਊਟੀ ਸੀ, ਸਭ ਡਿਊਟੀਆਂ ਕਰਦੇ ਨੇ ਲੋਕ, ਜਿਵੇਂ ਖੇਤੀ ਪੱਤੀ ਉਹ ਵੀ ਡਿਊਟੀ ਹੈ, ਬੱਚੇ ਪਾਲਣੇ ਵੀ ਡਿਊਟੀ ਹੈ। ਇਸ ਮੁਲਕ ਦੇ ਵਿੱਚ ਦੋ ਹੀ ਡਿਊਟੀਆਂ ਕਰਦੇ ਨੇ, ਘਰ ਵਾਲੀ ਵੀ ਕਰਦੀ ਆ, ਉਹ ਆਪ ਵੀ ਕਰਦਾ। ਸੁਣਨ ਚ ਆਉਂਦਾ ਕਹਿੰਦੇ ਮਹੀਨਾ ਮਹੀਨਾ ਮਿਲਦੇ ਨਹੀਂ ਹਨ, ਉਹ ਆਉਂਦਾ ਉਹ ਅੱਗੋਂ ਹੀ ਚਲੀ ਜਾਂਦੀ, ਉਹ ਆਉਂਦਾ ਆਉਂਦੀ ਹੈ ਉਹ ਅੱਗੋਂ ਹੀ ਚਲਿਆ ਜਾਂਦਾ। ਕਿਉਂ ਜਾਂਦਾ? ਪਾਉਂਡ ਕਮਾਉਣੇ ਨੇ। ਆਹੋ ਇਸ ਤਰ੍ਹਾਂ ਦੇ ਨਾਲ ਡਿਊਟੀ ਹੁੰਦੀ ਆਪੋ ਆਪ। ਉਹ ਬੁਦੇਲਖੰਡ ਦਾ ਰਾਜਾ ਸੀ, ਉਸਦੀ ਮਾਲਸ ਕਰਦਾ ਹੁੰਦਾ ਸੀ ਸੈਨ ਜੀ, ਤੇ ਰਾਤ ਨੂੰ ਸਾਰੀ ਸਾਰੀ ਰਾਤ ਬੈਠ ਕੇ ਨਾਮ ਦਾ ਅਭਿਆਸ ਕਰਦਾ ਸੀ। ਐਵੇਂ ਗੱਲਾਂ ਨਾਲ ਨਹੀਂ ਕੁਛ ਬਣਦਾ ਹੁੰਦਾ, ਨਾ ਗੱਲਾਂ 'ਚ ਕੁਛ ਹੈ ਗੁਰੂ, ਉਹ ਤਾਂ ਮਰਨਾ ਪਵੇਗਾ। ਗੁਰੂ ਸਾਹਿਬ ਨੇ ਲਿਖਿਆ, ਮੁਰਦਾ ਹੋਏ ਮਰੀਦ। ਇਸਲਾਮ ਦੇ ਵਿੱਚ ਇੱਕ ਮਰੀਦ ਹੁੰਦਾ, ਇੱਕ ਮੁਰਸ਼ਦ ਹੁੰਦਾ, ਜਿਹਨੂੰ ਪੀਰ ਵੀ ਕਹਿੰਦੇ ਹਨ। ਇੱਥੇ ਹੁਣ ਮੁਰਸ਼ਦ ਲਿਖਿਆ, ਮਰੀਦ, ਮੁਰਦਾ ਹੋਏ ਮਰੀਦ, ਨਾ ਗੱਲੀ ਹੋ। ਕਹਿੰਦੇ ਜੇ ਗੱਲਾਂ ਨਾਲ ਇਹ ਮਰੀਦ ਬਣਨਾ ਚਾਹੁੰਦਾ ਹੈ, ਮਰੀਦ ਦੀ ਤਾਂ ਅਵਸਥਾ ਬਹੁਤ ਉੱਚੀ ਹੈ। ਜਿਹੜਾ ਮਰੀਦ ਹੈ ਉਹ ਤਾਂ ਮੁਰਸ਼ਦ ਦੇ ਵਿੱਚ ਭੇਦ ਹੋਇਆ ਹੁੰਦਾ, ਪਰ ਇਹ ਗੱਲਾਂ ਨਾਲ ਚਾਹੁੰਦਾ। ਗੁਰੂ ਸਾਹਿਬ ਨੇ ਲਿਖਿਆ ਨਹੀਂ, ਗੱਲਾਂ ਨਾਲ ਨਹੀਂ ਬਣ ਹੋਣਾ। ਜਿੰਨਾ ਚਿਰ ਮਰੀਦ ਮੁਰਦਾ ਨਹੀਂ ਨਾ ਹੁੰਦਾ, ਮੁਰਦਾ ਕੌਣ ਹੁੰਦਾ? ਮੁਰਦਾ ਉਹ ਹੁੰਦਾ, ਨਾ ਉਹਦੇ 'ਚ ਸਾਹ ਹੁੰਦੇ ਨੇ, ਨਾ ਉਹਦੇ 'ਚ ਆਵਾਜ਼ ਹੁੰਦੀ, ਉਸੇ ਨੂੰ ਆਪਾਂ ਮੁਰਦਾ ਕਹਿੰਦੇ ਹਾਂ। ਜਿਹੜਾ ਬੋਲਦਾ ਸਾਹ ਲੈਂਦਾ ਉਹਨੂੰ ਤਾਂ ਆਪਾਂ ਕਹਿੰਦੇ ਜਿਉਂਦਾ। ਇੱਧਰ ਕੀ ਹੈ, ਮੁਰਦਾ ਹੋਏ ਗੁਰੂ ਗੋਰ ਸਮਾਵੇ, ਯਾਨੀ ਗੁਰੂ ਦੇ ਹੁਕਮ ਦੇ ਵਿੱਚ ਇਤਨਾ ਸਿੱਖ ਸੁਰ ਹੋ ਜਾਵੇ, ਜੇ ਗੁਰੂ ਹਿਲਾਉਂਦਾ ਤਾਂ ਹਿੱਲੇ ਨਹੀਂ, ਬਸ ਗੁਰੂ ਕਹਿੰਦਾ ਤਾਂ ਫਿਰ ਕਰੇ, ਨਹੀਂ ਨਿਸਪੁਰਨੇ ਰਹੇ। ਇਸ ਦਾ ਇਹ ਭਾਵ ਹੈ ਦੱਸਿਆ, ਮੁਰਦਾ ਹੋਏ ਮਰੀਦ, ਨਾ ਗੱਲੀ ਹੋਵਣਾ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ,
ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲਿਓ ਪੜੋ ਪ੍ਰੇਮ ਜਿੰਨਾ ਚਿਰ ਮਰਦਾ ਨਹੀਂ ਨਾ ਹੈ ਮਰਨਾ ਕੀ ਹੈ ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਜੇ ਆਪਣੇ ਮਨ ਨੂੰ ਅੱਗੇ ਰੱਖਦਾ ਤਾਂ ਉਹ ਮਰੀਦ ਨਹੀਂ ਹੈ ਸਿੱਖ ਨਹੀਂ ਆਊਗਾ ਉਹ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਭਾਈ ਤੁਸੀਂ ਆ ਗਏ ਕਹਿੰਦੇ ਹਾਂ ਮਹਾਰਾਜ ਜੀ ਆ ਗਏ ਚਲੋ ਕਹਿੰਦੇ ਚੱਲੀ ਮਾਸੂਆਂ ਨੇ ਬਹੁਤ ਜੰਗਲ ਉਹ ਝਿੜਾ ਕਹਿੰਦੇ ਨੇ ਉਸਨੂੰ ਝਿੜਾ ਅਸੀਂ ਝਿੜੀ ਕਹਿੰਦੇ ਹਾਂ ਇੱਧਰ ਜਾਂ ਜੰਗਲ ਕਹਿ ਦਿੰਦੇ ਨੇ ਤਾਂ ਉੱਥੇ ਆ ਕੇ ਬੈਠ ਕੇ ਗੁਰੂ ਕੋ ਹੋਏ ਦੇਖ ਲਓ ਕੀ ਕੁਛ ਬਣਿਆ ਹੋਇਆ ਉੱਥੇ ਕਿਵੇਂ ਤਲਾਅ ਕਿਵੇਂ ਸੰਗਤਾਂ ਵਾਸਤੇ ਇਮਾਰਤਾਂ ਕਿਵੇਂ ਕਾਲਜ ਨੇ ਉੱਥੇ ਸੰਤ ਮਹਾਰਾਜ ਜੀ ਨੇ ਆ ਜਿਹੜੀ ਧਾਰਨਾ ਨਾ ਸਿੱਧੀ ਪੜ੍ਹਨੀ ਉਹਨਾਂ ਨੇ ਸ਼ੁਰੂ ਕਰੀ ਆ ਕਿ ਵੀ ਇਹ ਮਾਲਵਾ ਵਿਚਾਰਾ ਸਿੱਧਰਾ ਜਿਹਾ ਹੈ ਇਹਨਾਂ ਨੂੰ ਤਾਂ ਰਾਗ ਦੀ ਸਮਝ ਨਹੀਂ ਆਉਣੀ ਰਾਗ ਕੋਈ ਮਾੜੀ ਗੱਲ ਨਹੀਂ ਹੈ ਗੁਰਮੁਖ ਪਰ ਜਿਹੜੀ ਗੱਲ ਨਾਲ ਜ਼ਿਆਦਾ ਭਲਾ ਹੁੰਦਾ ਹੋਵੇ ਉਹੀ ਬਾਣੀ ਹੈ ਰਾਗ ਦੇ ਵਿੱਚ ਪੜੋ ਸਮਝ ਨਹੀਂ ਆਉਂਦੀ ਉਹੀ ਬਾਣੀ ਹੈ ਸਖਾਇਨ ਜੀ ਧਾਰਨਾ 'ਚ ਪੜੋ ਸਮਝ ਆ ਜਾਵੇ
ਆਓ ਇਸ ਤਰ੍ਹਾਂ ਦੇ ਨਾਲ ਕਿਹੜਾ ਕਿੰਤੂ ਵੀ ਕਰਿਆ ਸੀ ਰਾਗੀਆਂ ਨੇ ਸੰਤਾਂ ਦੇ। ਕਹਿੰਦੇ ਮਹਾਰਾਜ ਜੀ ਤੁਸੀਂ ਰਾਗ ਨਹੀਂ ਪੜ੍ਹਾਉਂਦੇ, ਸਿੱਧੇ ਸ਼ਬਦ ਪੜ੍ਹਾਉਂਦੇ ਹੋ। ਸੰਤ ਮਹਾਰਾਜ ਕਹਿੰਦੇ ਵੀ ਇਹ ਮੋਟੀ ਬੁੱਧੀ ਵਾਲੇ ਲੋਕ ਨੇ, ਇਹਨਾਂ ਨੂੰ ਰਾਗ ਦੀ ਸਮਝ ਨਹੀਂ ਆਉਣੀ, ਤਾਂ ਸਿੱਧੀਆਂ ਧਾਰਨਾ ਪੜ੍ਹਾਉਂਦੇ ਹਾਂ ਇਹਨਾਂ ਕੋਲ। ਪਰ ਹੁੰਦਾ ਹੀ ਆਪੋ ਆਪਣੇ ਜੀ ਦੇ ਕੋਈ ਗੁਣ ਹੁੰਦਾ, ਉਹਦਾ ਜ਼ਰੂਰ ਸੂਖ ਮੰਦਰ ਹੰਕਾਰ ਹੁੰਦਾ। ਸਾਧੂਆਂ ਦੇ ਅੰਦਰ ਵੀ ਹੰਕਾਰ ਹੋ ਜਾਂਦਾ ਹੁੰਦਾ, ਸਾਧੂਆਂ ਦੇ ਆਪਾਂ ਤਾਂ ਕਿਹੜੇ ਵਿਚਾਰੇ ਹਾਂ। ਸਿੱਖਾਂ ਦੇ ਅੰਦਰ ਵੀ ਹੋ ਜਾਂਦਾ ਹੰਕਾਰ, ਪਰ ਹੰਕਾਰ ਗੁਰੂ ਨੂੰ ਭਾਉਂਦਾ ਨਹੀਂ। ਗੁਰੂ ਫਿਰ ਕਿਸੇ ਨਾ ਕਿਸੇ ਤਰੀਕੇ ਦੁਆਰਾ ਉਸਦੇ ਹੰਕਾਰ ਨੂੰ ਦੂਰ ਕਰਦਾ। ਆਓ ਇਸ ਤਰ੍ਹਾਂ ਦੇ ਨਾਲ ਸੰਤ ਮਹਾਰਾਜ ਜੀ ਤਾਬੇ ਬੈਠਦੇ ਹੁੰਦੇ ਸੀਗੇ ਦਰਬਾਰ ਸਾਹਿਬ ਦੇ, ਥੱਲੇ ਨਹੀਂ ਸੀ ਬੈਠਦੇ। ਉਸ ਟਾਈਮ ਦੇ ਵਿੱਚ ਬਾਜੇ ਨਹੀਂ ਸੀ ਹੁੰਦੇ, ਤਾਰਾਂ ਦੇ ਸਾਜ ਹੁੰਦੇ ਸੀ ਤਾਰਾਂ ਦੇ। ਤਾਂ ਹੀ ਬਾਲਾ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਰਿਹਾ, ਸਤਾਰ ਸੀ ਉਹਦੇ ਕੋਲ, ਉਸ ਦੇ ਨਾਲ ਫਿਰ ਉਹ ਕੀਰਤਨ ਕਰਦਾ ਹੁੰਦਾ ਸੀ। ਤਾਰਾਂ ਦੇ ਸਾਜ ਹੁੰਦੇ ਨੇ, ਕਈ ਇਹਨਾਂ ਦੇ ਨਾਮ ਹੁੰਦੇ ਨੇ ਲਹਿਦਾ ਲਹਿਦਾ। ਤਾਂ ਫਿਰ ਸੰਤ ਮਹਾਰਾਜ ਕਹਿੰਦੇ ਅੱਛਾ ਭਾਈ ਉਹ ਹੈ, ਕਹਿੰਦੇ ਚੰਗਾ ਫਿਰ ਜੋੜੀ ਸੁਰ ਕਰ ਲਓ। ਫਿਰ ਉਸ ਟਾਈਮ ਦੇ ਵਿੱਚ ਬਾਜੇ ਵੀ ਬਣ ਗਏ ਸੀ, ਜਾਂ ਸੰਤ ਮਹਾਰਾਜ ਜੀ ਬਹੁਤ ਚਿਰ ਰਹਿੰਦੇ ਰਹੇ। ਕਹਿੰਦੇ ਸੁਰ ਕਰ ਲਓ, ਕਹਿੰਦੇ ਮੈਂ ਰਾਗ ਬੋਲਾਂਗਾ, ਤੁਸੀਂ ਫਿਰ ਜੋੜੀ ਮਿਲਾਇਓ, ਰਾਗ ਦੇ ਨਾਲ ਜੋੜੀ ਸੁਰ ਕਰਕੇ ਜਾਣੀ। ਇਹ ਤਾਲਾਂ ਦੇ ਨਾਮ ਨੇ ਵੀ, ਇਤਨੇ ਤਾਲ ਦੇ ਵਿੱਚ ਇਹ ਸ਼ਬਦ ਗਾਇਆ ਜਾਊਗਾ, ਇਤਨੇ ਤਾਲ ਦੇ ਵਿੱਚ ਇਹ ਸ਼ਬਦ ਗਾਇਆ ਜਾਊਗਾ। ਤਾਂ ਫਿਰ ਸੰਤ ਮਹਾਰਾਜ ਜੀ ਨੇ ਰਾਗ ਸ਼ੁਰੂ ਕਰਿਆ। ਨਾ ਤਾਂ ਰਾਗੀਆਂ ਨੂੰ ਸਮਝ ਆਈ ਹੈ, ਨਾ ਜੋੜੀ ਰਲੀ ਹੈ। ਕਹਿੰਦੇ ਕਿਉਂ ਭਾਈ, ਹੁਣ ਚਰਨ ਫੜ ਲਏ ਜੀ, ਕਹਿੰਦੇ ਤੁਹਾਡੀਆਂ ਤੁਸੀਂ ਜਾਣੋ। ਠੀਕ ਹੈ, ਰਾਗ ਕੋਈ ਮਾੜੀ ਗੱਲ ਨਹੀਂ, ਆਸਾ ਦੀ ਵਾਰ ਰਾਗਾਂ ਦੇ ਵਿੱਚ ਪੜ੍ਹੀ ਜਾਂਦੀ ਹੈ। ਇਹ ਤਾਂ ਹੁਣ ਵਿਚਾਰੇ ਮੋਟੀ ਬੁੱਧੀ ਵਾਲੇ ਲੋਕ ਨੇ, ਉਹਨਾਂ ਨੂੰ ਉਹ ਕਰਕੇ ਅਸੀਂ ਸਮਝ ਸਿੱਧੀਆਂ ਧਾਰਨਾ ਪੜਾਉਂਦੇ। ਇਹ ਤਾਂ ਨਹੀਂ ਬੁਲੰਦ ਆਵਾਜ਼ ਸੀ ਉਹਨਾਂ ਸੰਤਾਂ ਦੀ, ਸੱਤ ਸੱਤ ਮੀਲ ਸੁਣਦੀ ਸੀ ਬਿਨਾਂ ਲਾਊਡ ਸਪੀਕਰ ਤੇ। ਉਹ ਇੱਕ ਦਫਾ ਦਾ ਜਿਗਰ ਹੈ, ਜੇ ਤਰਕਾਲੀ ਕਿਵੇਂ ਹੁੰਦੇ ਹਨ। ਸਾਡੇ ਕੋਲ ਉੱਥੇ ਡੇਲੋ ਹੈ, ਨੰਗਲ ਪਿੰਡ ਹੈ, ਉੱਥੇ ਆਉਂਦੇ ਹੁੰਦੇ ਸੀ ਉਹ ਬਹੁਤ, ਜਾਂ ਖੇੜਾ ਪਿੰਡ ਹੈ ਉੱਥੇ ਆਉਂਦੇ, ਜਾਂ ਬਾਲੇ ਵਾਲਾ, ਇੱਕ ਬਾਲੇ ਵਾਲਾ ਤਾਂ ਉਹਨਾਂ ਦੀ ਕੋਠੀ ਵੀ ਸੀ, ਉੱਥੇ ਆ ਕੇ ਰਹਿੰਦੇ ਹੁੰਦੇ ਸੀ। ਅਤੇ ਉਹ ਫਿਰ ਉੱਥੇ ਨੰਗਲੀ ਆਏ ਹੋਏ ਨੇ। ਆਸਾ ਦੀ ਵਾਰ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ, ਅੱਧਾ ਅੱਧਾ ਪੜਾਉਂਦੇ ਹੁੰਦੇ ਸੀ ਸੰਗਤਾਂ ਨੂੰ। ਤਾਂ ਫਿਰ ਇੱਕ ਸਾਡੇ ਕੋਲ ਪਿੰਡ ਹੈ ਕਲਾਲਾਂ ਦਾ, ਆ ਜਿਹਨਾਂ ਨੂੰ ਬਾਲੀਆ ਕਹਿੰਦੇ ਨੇ, ਕਲਾਲ ਆਲੋ ਵਾਲੀ, ਅਤੇ ਉਹ ਇੱਕ ਪ੍ਰੇਮੀ ਉੱਠਿਆ ਤੜਕੇ, ਬਾਹਰ ਚੱਲਿਆ ਕਿਰਿਆ ਕੁਰਿਆ ਕਰਨ, ਦਾਤਣ ਕਰਦਾ ਜਾਂਦਾ। ਤਾਂ ਉੱਧਰੋਂ ਆਵਾਜ਼ ਆਈ, ਆਵਾਜ਼ ਸੁਣੀ ਇਸ ਨੂੰ ਸੰਤਾਂ ਦੀ, ਸੱਤ ਮੀਰ ਤੀ ਉੱਥੋਂ ਨੰਗਲਾਂ ਪਿੰਡ। ਇਸ ਨੇ ਮਨ ਦੇ ਵਿੱਚ ਤਰਕ ਕਰੀ, ਕਹਿੰਦੇ ਦੇਖ ਕਿਵੇਂ ਕੱਟੇ ਮੰਗਣ ਉਡਾਉਂਦਾ, ਕੱਟੇ ਮੰਗਣ ਕੀ ਹੋਇਆ। ਉਹ ਤਰਕਾਲੀ ਨੇ ਕੀ ਜਵਾਬ ਦਿੱਤਾ ਗੁਰਮੁਖੋ, ਕਹਿਣ ਲੱਗੇ ਕੱਟੇ ਮੰਗਣ ਉਡਾਵੇ ਗੁਣ ਹਰੀ ਦੇ ਗਾਵੇ। ਉਹਦੇ ਪੈਰਾਂ ਦੀ ਮਿੱਟੀ ਨਿਕਲ ਗਈ, ਉਹ ਫਿਰ ਪਿੰਡ ਨੂੰ ਨਹੀਂ ਆਇਆ। ਆ ਸਾਰੀ ਵਾਰ ਦਾ ਭੋਗ ਪੈਣ ਤੋਂ ਸੰਤ ਮਹਾਰਾਜ ਜੀ ਪਣਗ ਤੇ ਬੈਠੇ ਨੇ, ਉਹ ਚਲਾ ਗਿਆ ਚਰਨ ਫੜ ਲਏ ਜਾ ਕੇ। ਕਹਿੰਦਾ ਮਹਾਰਾਜ ਜੀ ਕਿਰਪਾ ਕਰੋ, ਮੇਰੇ 'ਤੇ ਤਾਂ ਗਲਤੀ ਹੋ ਗਈ, ਮੈਂ ਤਾਂ ਤਰਕ ਕਰੀ ਹੈ ਤੁਹਾਡੇ 'ਤੇ, ਤੁਸੀਂ ਮੈਨੂੰ ਜਦੇ ਹੀ ਜਵਾਬ ਦੇ ਦਿੱਤਾ। ਸੰਤ ਮਹਾਰਾਜ ਕਹਿੰਦੇ ਨਹੀਂ ਭਾਈ, ਅਸੀਂ ਤਾਂ ਸੁੱਤੇ ਹੀ ਪੜਿਆ ਸੀਗਾ, ਸੁੱਤੇ ਨਹੀਂ ਸੀ, ਹੁਣ ਤਰਕਾਲੀ ਸਭ ਕੁਛ ਜਾਣਦਾ ਹੁੰਦਾ ਗੁਰੂ।
ਉੱਥੇ ਫਿਰ ਮਕਾਨ ਜਾਂ ਚੂਨਾ ਹੁੰਦਾ ਸੀ, ਆ ਸਮਿੰਟ ਤਾਂ ਹੁਣ ਚੱਲਿਆ ਬਾਅਦ, ਇੱਥੇ ਵੀ ਚੂਨੇ ਦੇ ਮਕਾਨ ਹੈਗੇ ਪਹਿਲੇ, ਅਤੇ ਫਿਰ ਉਹ ਚੂਨਾ ਪੀ ਰਹੇ ਹੁੰਦੇ ਸੀਗੇ, ਪੱਥਰ ਜਿਹਾ ਇੱਕ ਬੜਾ ਸਾਰਾ ਉਹ ਖਾੜੀ ਜੀ ਕਰੀ ਕੇ ਫਿਰ ਉਸਨੂੰ ਬੋਲਦ ਜੋੜਦੇ ਹੁੰਦੇ ਸਨ, ਰੋਡ ਫੂਕ ਕੇ। ਇੱਕ ਝੋਟਾ ਸੀ ਉਹਨਾਂ ਦੇ ਉੱਥੇ ਰੱਖਿਆ ਝੋਟਾ, ਉਹ ਫਿਰ ਚੂਨਾ ਪੀਣਾ ਹੁੰਦਾ ਸੀਗਾ, ਉਹ ਫਿਰ ਬਿਰਧ ਹੋ ਗਿਆ। ਸੰਗਤ ਨੇ ਸੰਤਾਂ ਕੋਲ ਬੇਨਤੀ ਕਰੀ, ਮਹਾਰਾਜ ਜੀ ਨੇ ਇਤਨੀ ਸੇਵਾ ਕਰੀ ਹੈ ਤਾਂ ਇਹ ਜਾਨਵਰ ਹੈ, ਇਹਨੂੰ ਸੇਵਾ ਦਾ ਫਲ ਮਿਲ ਜਾਵੇਗਾ। ਸੰਤ ਮਹਾਰਾਜ ਕਹਿੰਦੇ ਇਹਨੂੰ ਸੇਵਾ ਦਾ ਫਲ ਇਹ ਮਿਲੇਗਾ, ਹੁਣ ਤਾਂ ਇਹ ਹੈ ਨਾ ਜਾਨਵਰ ਦੇ ਵਿੱਚ ਇਹਦੀ ਰੂਹ, ਜਦ ਇਹ ਝੋਟੇ 'ਚੋਂ ਇਹ ਨਿਕਲੇਗੀ ਨਾ ਰੂਹ ਇਨਸਾਨ ਦੇ ਸਰੀਰ 'ਚ ਚਲੀ ਜਾਵੇ, ਇਹ ਫਲ ਮਿਲੇਗਾ। ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਕੋਈ ਜਾਨਵਰ ਵੀ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਤਾਂ ਫਿਰ ਉਸਦਾ ਜਿਹੜਾ ਜੀਵ ਆਤਮਾ ਜਿਹਨੂੰ ਰੂਹ ਕਹਿੰਦੇ ਨੇ, ਇਨਸਾਨ ਦੇ ਜਾਮੇ 'ਚੋਂ ਫਲ ਮਿਲਿਆ ਉਸਨੂੰ। ਗੁਰੂ ਸਾਹਿਬ ਜੀ ਕਹਿੰਦੇ ਨੇ ਨਾਨਕ ਕਾਹੇ ਤੋਂ ਮਿਲਣ ਕੀ ਵਰੀਆ, ਲੈ ਜੀਵ ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋ ਗਈ, ਤੂੰ ਪਰਮੇਸ਼ੁਰ ਦੇ ਮਿਲਣ ਵਾਸਤੇ ਕੋਈ ਉਪਾਅ ਕਰ, ਜੇ ਨਹੀਂ ਉਪਾਅ ਕਰੇਗਾ ਤਾਂ ਫਿਰ ਇਹਦਾ ਤੇਰੇ ਕੋਲੋਂ ਪਰਮੇਸ਼ੁਰ ਨੇ ਖੋਹ ਲੈਣੀ ਹੈ, ਫਿਰ ਤ੍ਰਿਜੁਨੀਆਂ ਦੇ ਵਿੱਚ ਇਹ ਜਿਵੇਂ ਹੁਣ ਭਟਕਦਾ ਫਿਰਦਾ ਇਸੇ ਤਰ੍ਹਾਂ ਹੀ ਭਟਕਣਾ ਸ਼ੁਰੂ ਕਰ ਦੇਵੇਗਾ। ਇਹ ਉਹ ਕਹਿੰਦੇ ਨੇ ਪੜ੍ਹੋ ਆਈ ਰੋ ਤੇਰੀ ਵਾਰੀ ਹੈ।
ਆਏ ਇਨਸਾਨ ਆਏ ਰੂਹ, ਤੇ ਜਿਹੜਾ ਤੈਨੂੰ ਮਨੁੱਖਾ ਸਰੀਰ ਮਿਲਿਆ ਨਾ, ਇਹ ਤਾਂ ਤੈਨੂੰ ਪਰਮੇਸ਼ਰ ਦੇ ਮਿਲਣ ਵਾਸਤੇ ਮਿਲਿਆ। ਜੇ ਤੂੰ ਗੁਰੂ ਵਾਲਾ ਨਹੀਂ ਬਣੇਗਾ ਨਾ, ਚਾਹੇ ਤੂੰ ਸਵਰਗ ਦਾ ਰਾਜਾ ਕਿਉਂ ਨਹੀਂ, ਤੈਨੂੰ ਕਦੇ ਮਨੁੱਖਾ ਦੇ ਨਹੀਂ ਮਿਲੇਗੀ। ਅਸੂਲ ਹੈ ਸਾਰਿਆਂ ਮਤਾਂ ਦਾ, ਸਵਰਗ ਦਾ ਰਾਜ ਉਸਨੂੰ ਮਿਲਦਾ ਕਹਿੰਦੇ ਜਿਹੜਾ ਪੁੱਤਰ ਸੋ ਜੱਗ ਕਰ ਦੇ। ਪੁੰਨਾਂ ਦਾ ਫਲ ਸੁੱਖ ਹੁੰਦਾ, ਸੁੱਖ ਹੈ ਸੁਰਗਾਂ ਦੇ ਵਿੱਚ ਪੂਰੀਆਂ ਨੇ ਉੱਤੇ। ਆ ਉੱਥੇ ਨਾ ਤਾਂ ਭਜਨ ਕਰ ਸਕਦਾ, ਨਾ ਉੱਥੇ ਗੁਰੂ ਵਾਲਾ ਬਣ ਸਕਦਾ, ਨਾ ਉੱਥੇ ਸ਼ਾਂਤੀ ਮਿਲ ਸਕਦੀ ਹੈ। ਬਸ ਉਹ ਫਲ ਭੁਗਤਦਾ ਫਿਰ ਮਾਤ ਲੋਕ ਦੇ ਵਿੱਚ, ਸਰੀਰ ਦੇ ਵਿੱਚ ਜੀਵ ਆਤਮਾ ਗੁਰੂ ਵਾਲਾ ਬਣ ਕੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਦੇ ਲੋਕ ਨੂੰ ਜਾਂਦਾ। ਉਹ ਤੋਂ ਫਿਰ ਆਵੇ ਜਾਵੇਗਾ ਨਹੀਂ ਇਹ ਕਿਸੇ ਪਾਸੇ, ਜੰਮਣ ਮਨ ਸੇ ਰਾਹਤ ਹੋ ਜਾਵੇਗਾ, ਜਿਹਨੂੰ ਸਲਾਮ ਦੇ ਬੰਦੇ ਨਜਾਤ ਕਹਿੰਦੇ ਨੇ, ਮੁਕਤ ਵੀ ਕਹਿੰਦੇ ਨੇ ਇਸ। ਆਓ ਇੱਕ ਮੈਂ ਤੁਹਾਨੂੰ ਪ੍ਰਸੰਗ ਸੁਣਾਉਂ, ਜਿਹੜਾ ਨੁਹਰਾ ਆਦਮੀ ਹੈ ਨਾ, ਚਾਹੇ ਕਿਤਨਾ ਹੀ ਬੜਾ ਹੋਵੇ, ਉਹਨੂੰ ਮਨੁੱਖਾਂ ਦੇ ਨਹੀਂ ਮਿਲੇਗੀ, ਉਹ ਹੋਰ ਜੂਨੀਆਂ ਦੇ ਵਿੱਚ ਜਾਵੇਗਾ, ਜਿਹੜੀਆਂ ਨੇ ਪਸ਼ੂ ਪੰਖੀ ਜੇ, ਆਹ ਜਿਹੜੀਆਂ ਰੂਹਾਂ ਭੜਕਦੀਆਂ ਫਿਰਦੀਆਂ। ਗਜਨਵੀ ਮਹਿਦੂਦ ਆਉਂਦਾ ਰਿਹਾ ਪੰਜਾਬ ਦੇ ਵਿੱਚ, 18 ਹਮਲੇ ਕਰੇ ਉਸਨੇ, ਉਸਦੇ ਨਾਲ ਇੱਕ ਕਾਜ਼ੀ ਸੀ ਸੁਲੇਮਾਨ ਨਾਮੇ, ਕਾਜ਼ੀ ਦੋ ਬੇਗਮਾਂ ਸੀ ਉਸਦੀਆਂ, ਸ਼ਾਹੀ ਕਾਜ਼ੀ ਸੀ, ਜਿਵੇਂ ਰਾਜ ਪੰਡਿਤ ਕਹਿ ਦਿੰਦੇ ਨੇ, ਜਿਵੇਂ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਹੈਡ ਗ੍ਰੰਥੀ ਕਹਿੰਦੇ ਹਾਂ, ਗ੍ਰੰਥੀ ਤਾਂ ਹੋਰ ਵੀ ਬਹੁਤ ਹੁੰਦੇ ਨੇ। ਇਸ ਤਰ੍ਹਾਂ ਨਾਲ ਉਮਤ ਨੂੰ ਪ੍ਰਚਾਰ ਕਰਦਾ ਸੀ, ਉੱਚੀ ਜਗ੍ਹਾ ਖੜ ਕੇ ਸਾਰੇ ਜਿਤਨੇ ਧਾਰਮਿਕ ਗ੍ਰੰਥ ਨੇ ਹਿੰਦੂਆਂ ਦੇ, ਸਾਰੇ ਉਹਦੇ ਕਠੂਕਾਰ ਜਾਣੀ ਉਹਦੇ ਯਾਦ ਸਨ। ਉਹ ਇਸ ਤਰ੍ਹਾਂ ਨਾਲ ਹਿੰਦੁਸਤਾਨ ਦੇ ਵਿੱਚ ਆਉਂਦਾ ਰਿਹਾ, ਉਸਦੇ ਨਾਲ ਉਹ ਥੀ ਨੁਗਰਾ। ਕਈ ਆਪੇ ਹੀ ਗੁਰੂ ਬਣ ਕੇ ਬੈਠ ਜਾਂਦੇ ਨੇ, ਮਾੜਾ ਜਿਹਾ ਪ੍ਰਚਾਰ ਕਰਨ ਲੱਗੇ ਨੇ, ਯਾਰ ਗੁਰੂ ਬਣੇ ਨਹੀਂ, ਗੁਰੂ ਤਾਂ ਬਹੁਤ ਦੂਰ ਹੈ ਗੁਰੂ। ਉਹ ਇਸ ਤਰ੍ਹਾਂ ਨਾਲ ਤਾਂ ਤਦ ਹੋਵੇਗਾ ਜਦ ਕਿਸੇ ਦਾ ਬਣੇਗਾ, ਜਦ ਬਣੇ ਹੀ ਨਹੀਂ ਫਿਰ ਉੱਥੇ ਲੈਣ ਦੇਣ ਨੂੰ ਕੀ। ਉਹ ਇਸ ਤਰ੍ਹਾਂ ਦੇ ਨਾਲ ਉਹ ਫਿਰ 60 ਸਾਲ ਦੀ ਉਮਰ ਸੀ, ਮੰਤਰ ਜੰਤਰ ਵੀ ਜਾਣਦਾ ਸੀ, ਮੁਸਲਮਾਨ ਬਹੁਤ ਜਾਣਦੇ ਹੁੰਦੇ ਨੇ, ਇਹ ਗੱਲ ਇੱਥੇ ਵੀ ਆ ਗਈ ਲੈ, ਮੈਂ ਤਾਂ ਕਿਹਾ ਕਿਤੇ ਪੰਜਾਬ 'ਚ ਹੀ ਹੋਣੀ ਹੈ, ਇੱਥੇ ਵੀ ਲੈ ਲੋਕ ਬਹੁਤ ਇਹੀ ਜਿਹੀਆਂ ਗੱਲਾਂ ਲੈ, ਇੱਥੇ ਵੀ ਹੋਣ ਲੱਗ ਗਈਆਂ। ਦੱਸੋ ਸ਼ਾਂਤੀ ਕਿੱਥੇ ਹੈ ਨਾ ਲੋਕਾਂ ਨੂੰ, ਜਿਹੜਾ ਦੁਖੀ ਕਰਦਾ ਕਿਸੇ ਨੂੰ। ਠੀਕ ਹੈ ਵਿੱਦਿਆ ਹੈ, ਮੰਤਰ ਵਿੱਦਿਆ, 14 ਵਿੱਦਿਆ ਨੇ ਸਾਰੀਆਂ, ਬਹੁਤ ਵਿੱਦਿਆ ਨੇ, ਇੱਕ ਬ੍ਰਹਮ ਵਿੱਦਿਆ ਦਾ ਕੇਂਦਰ ਸਾਹਮਣੇ ਪ੍ਰਕਾਸ਼ ਹੈ। ਜਿਹੜੀ ਵਿੱਦਿਆ ਹੁੰਦੀ ਹੈ ਨਾ, ਉਹ ਜੇ ਪੂਰੀ ਅਧਿਐਨ ਹੋ ਜਾਵੇ, ਜਿਹੜੀ ਉਹਦੀ ਤਾਕਤ ਹੈ ਉਹ ਵਿਦਿਆਲੇ 'ਚ ਆ ਜਾਊਗੀ। ਜੇ ਬ੍ਰਹਮ ਵਿੱਦਿਆ ਪੂਰੀ ਅਧਿਐਨ ਕਰ ਲਵੇ ਨਾ, ਕਹਿੰਦੇ ਆਤਮਾ ਸਾਖਿਆਤ ਹੋ ਜਾਂਦਾ, ਨਹੀਂ ਨਹੀਂ ਹੋਵੇ ਇਹ ਵੀ ਇਹਨੇ ਵਿੱਦਿਆ। ਪਹਿਲਾਂ ਤਾਂ ਬਹੁਤ ਹੁੰਦੀਆਂ ਸਨ, ਗੁਰੂ ਨਾਨਕ ਦੇਵ ਮਹਾਰਾਜ ਜੀ ਜਾਂ ਕੌਰੂ ਦੇਸ਼ ਦੇ ਵਿੱਚ ਗਏ ਨੇ, ਹੁਣ ਤਾਂ ਉੱਥੇ ਵੀ ਨਹੀਂ ਆ ਉਹ ਗੱਲ। ਦੇਖਾ ਮਰਦਾਨੇ ਨੂੰ ਮੀਠਾ ਬਣਾਤਾ ਸੀ ਬੁੜੀ ਨੇ, ਸ਼ਕਤੀ ਨਹੀਂ ਸੀ ਮੰਤਰ ਸੀ, ਮੰਤਰ ਦੇ ਵਿੱਚ ਤਾਕਤ ਹੁੰਦੀ ਹੈ, ਇਹ ਬਾਣੀ ਵੀ ਮੰਤਰ ਹੈ। ਆਓ ਇਸ ਤਰ੍ਹਾਂ ਦੇ ਨਾਲ ਜੇ ਪੂਰੀ ਦੇਰ ਹੋਵੇ ਤਾਂ ਤਾਕਤ ਆਊ, ਵਰਨਾ ਨਹੀਂ ਹੋਣੀ। ਉਹ ਮਰ ਗਿਆ ਨੁਗਰਾ ਸੀ, ਉਸ ਨੂੰ ਫਿਰ ਜਮਦੂਤ ਆ ਗਏ ਲੈਣ, ਜਮਦੂਤ ਦੱਸਿਆ ਨਾ, ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾ ਲੇ ਆ, ਜਿੰਦਨ ਮਾਣੀ ਕੱਢੀਏ ਹੱਡਾਂ ਕੂ ਕੜਕਾ ਪੜੋ ਪਰੇ ਨਾਲ, ਜਮਾਂ ਦਾ ਡੰਡਾ ਫੜਕਣਾ ਸ਼ੁਰੂ ਹੋ ਗਿਆ। Oh,
ਜਿਹੜੇ ਪਾਪੀ ਲੋਕ ਨੇ ਨਾ ਜਿਹੜੇ ਸੱਤ ਕਿਸਮ ਦੀ ਗਤੀ ਦੱਸੀ ਹੈ, ਸੱਤ ਕਿਸਮ ਦੀ ਕਹਿੰਦੇ ਜਿਹੜੇ ਪਾਪ ਕਰਦੇ ਨੇ ਇਨਸਾਨ, ਉਹਨਾਂ ਨੂੰ ਜਮਦੂਤ ਲੈਣ ਆਉਂਦੇ ਨੇ, ਕੁੱਟਦੇ ਮਾਰਦੇ ਪਿੰਜ ਕੇ ਲਿਜਾ ਕੇ ਧਰਮ ਰਾਜਾ ਦੇ ਸਾਹਮਣੇ ਖੜਾ ਕਰਦੇ ਨੇ। ਚਿੱਤਰਗੁਪਤ ਦੋ ਦੇਵਤੇ ਨੇ ਜਿਹੜੇ ਆਪਣੇ ਮਾੜੇ ਚੰਗੇ ਕਰਮ ਲਿਖਦੇ ਨੇ, ਕਰਤੱਬ ਉਹ ਫਿਰ ਅੱਗੇ ਰੱਖ ਦਿੰਦੇ ਨੇ। ਉਹ ਪੜ੍ਹਦਾ ਜਿਵੇਂ ਫਾਇਲ ਬਣਦੀ ਹੈ ਤਾਂ ਫਿਰ ਉਹ ਜੱਜ ਦੇ ਅੱਗੇ ਰੱਖੀ ਜਾਂਦੀ ਹੈ, ਉਹ ਫਾਇਲ ਨੂੰ ਫਿਰ ਫੋਲ ਕੇ ਦੇਖਦਾ। ਜੇ ਤਾਂ ਫਾਇਲ ਕਹਿੰਦੀ ਹੈ ਵੀ ਇਸਨੂੰ ਫਾਹੇ ਚਾੜ ਦਿਓ ਤਾਂ ਹੁਕਮ ਕਰ ਦੇਵੇਗਾ ਵੀ ਇਸਨੂੰ ਫਾਹੇ ਚਾੜ ਦਿਓ, ਅਗਰ ਫਾਇਲ ਨਹੀਂ ਕਹਿੰਦੀ ਕਹਿ ਦੇਗਾ ਇਸਨੂੰ ਬਰੀ ਕਰ ਦੇ। ਇਵੇਂ ਹੀ ਧਰਮ ਰਾਜ ਦੱਸਦੇ ਨੇ ਵੀ ਉਹ ਰੂਪ ਪਾਪੀ ਨੇ ਜਿਹੜੇ ਧਰਮ ਰਾਜਾ ਦੇ ਪੇਸ਼ ਹੁੰਦੇ ਨੇ, ਜਿਹੜੇ ਪੁੰਨ ਕਰਦੇ ਨੇ ਉਹ ਵੀ ਧਰਮ ਰਾਜਾ ਦੇ ਪੇਸ਼ ਹੁੰਦੇ ਨੇ। ਸਾਡੇ ਗੁਰੂ ਨੇ ਲਿਖਿਆ ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ। ਜੇ ਧਰਮ ਰਾਜਾ ਹੁੰਦਾ ਨਾ ਤਾਂ ਗੁਰੂ ਸਾਹਿਬ ਜੀ ਕਿਉਂ ਲਿਖਦੇ ਇੱਥੇ? ਜੇ ਪਾਪੀ ਨਾ ਜਾਂਦੇ ਨਰਕਾਂ ਨੂੰ ਜਮਾਂ ਦੇ ਡੰਡੇ ਤਾਂ ਫਿਰ ਮਹਾਰਾਜ ਕਿਉਂ ਲਿਖਦੇ? ਹੈ ਸਭ ਕੁਛ, ਉਹ ਜਿਹੜੀ ਅਗਲੀਆਂ ਅਵਸਥਾ ਹੈਗੀਆਂ ਉਹ ਵੀ ਹੈਗੀ, ਜਿਹੀ ਜਾਂ ਇਸਦੇ ਕਰਮ ਨੇ ਵੈਸੀ ਅਵਸਥਾ ਪ੍ਰਾਪਤ ਹੁੰਦੀ ਹੈ। ਹੁਣ ਪਾਪੀ ਨੂੰ ਸੁਰਗਾਂ ਨੂੰ ਲੈ ਜਾਣਗੇ? ਨਹੀਂ, ਪਾਪੀਆਂ ਦੀ ਗਤੀ ਹੈ ਧਰਮ ਰਾਜਾ ਦੇ ਹਿਸਾਬ ਕਿਤਾਬ ਹੋ ਕੇ ਫਿਰ ਹੋਰ 84 ਨਰਕ ਨੇ, 18 ਬੜਬੜੇ ਨੇ, ਫਿਰ ਆਏ ਹੋਰ ਜੂਨੀਅਰ ਨੇ ਜਿਹਨਾਂ ਦੇ ਵਿੱਚ ਇਹ ਭੜਕਦਾ ਫਿਰਦਾ ਹੁੰਦਾ। ਆ ਇੱਕ ਰੂਹਾਂ ਨੇ ਜਿਹੜੀਆਂ, ਜਿਹਨਾਂ ਨੂੰ ਆਪਾਂ ਭੂਤ ਪ੍ਰੇਤ ਕਹਿੰਦੇ ਹਾਂ, ਇਹਨਾਂ ਦਾ ਪੰਜਾਂ ਤੱਤਾਂ ਦਾ ਸਰੀਰ ਨਹੀਂ ਹੁੰਦਾ। ਜ਼ਿਆਦਾ ਪੰਜਾਂ ਤੱਤਾਂ 'ਚ ਰੂਹ ਚਲੀ ਜਾਊਗੀ ਆਪਣੇ ਆਪ ਨੂੰ ਭੁੱਲ ਜੂਗੀ। ਇਹ ਲਓ ਇਸ ਤਰ੍ਹਾਂ ਦੇ ਨਾਲ ਸਜ਼ਾ ਲਾ ਤੀ ਉਸਨੂੰ, ਅਖੀਰ ਸਜ਼ਾ ਲਾਈ ਵੀ ਇਹ 12 ਸਾਲ ਇਸ ਰੂਹ ਦੇ ਵਿੱਚ ਭਟਕਦਾ ਫਿਰੂ, 1000 ਸਾਲ ਦੇ 1000 ਸਾਲ। ਆਹ ਇਸ ਤਰ੍ਹਾਂ ਦੇ ਨਾਲ ਜਦੋਂ ਰੂਹ ਬੋਲਦੀ ਸੀ ਉਹ ਦੱਸਦੀ ਹੁੰਦੀ ਸੀ, ਉਹ ਕਹਿਣ ਲੱਗਿਆ ਮੈਂ ਜਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੱਕਾ ਫੇਰਿਆ ਮੈਂ ਉੱਥੇ ਸੀਗਾ। ਰੂਹ ਕਰਕੇ ਸੀ, ਸਰੀਰ ਕਰਕੇ ਨਹੀਂ ਸੀ। ਇਹ ਰੂਹ ਆ ਦੇਖ ਲਓ ਮਿੰਟਾਂ ਦੇ ਵਿੱਚ ਕਿਤੇ ਚਲੀ ਜਾਂਦੀ। ਹੁਣ ਆਪਣਾ ਜਿਹੜਾ ਮਨ ਹੈ ਹੁਣ ਇੱਥੇ ਬੈਠੇ ਹਾਂ, ਲੈ ਹੁਣ ਡੇਰੇ ਪਲੰਘ 'ਤੇ ਬੈਠਾ ਮੈਂ, ਹੁਣ ਇੱਥੇ ਆ ਗਿਆ। ਇਹ ਰੂਹ ਜਾਂਦੀ ਹੈ, ਇਹਦੀ ਵੇਗ ਬਹੁਤ ਤੇਜ਼ ਹੈ ਨਾ, ਸੁਰਤੀ ਵੀ ਕਹਿੰਦੇ ਨੇ। ਆਮ ਦੇਵਤਿਆਂ ਦੇ ਬਾਹਾਂ ਨੇ, ਕਿਸੇ ਦਾ ਝੋਟਾ ਹੈ, ਕਿਸੇ ਦਾ ਚੂਹਾ ਹੈ, ਕਿਸੇ ਦਾ ਗਾਡਰ ਹੈ, ਕਿਸੇ ਦਾ ਬੈਲ ਹੈ, ਇਹੋ ਜਿਹੇ ਹਨ। ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਸਵਾਰੀ ਸੁਰਤੀ ਦੀ ਕਰੀ ਹੈ। ਇਹ ਤਾਂ ਪੈਦਲ ਜਾਂਦੇ ਸਨ, ਜਿੱਥੇ ਦੇਖਣਾ ਵੀ ਹੁਣ ਬੇਬੇ ਨਾਨਕ ਜੀ ਯਾਦ ਕਰਦੇ ਨੇ, ਬਹਿਲਾ ਕਰਿਆ ਹੋਇਆ, ਪ੍ਰਸ਼ਾਦਾ ਖੁੱਲ ਗਿਆ, ਯਾਦ ਕਰ ਲਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਕਹਿੰਦੇ ਬੇਬੇ ਜੀ ਯਾਦ ਕਰਦੇ ਨੇ। ਮਰਦਾਨਾ ਕਹਿੰਦਾ ਮਹਾਰਾਜ ਕਿੱਡੀ ਕੁ ਦੂਰ ਹੈ ਇੱਥੋਂ ਸੁਲਤਾਨਪੁਰਾ? ਕਹਿੰਦੇ ਇੱਥੋਂ ਕਰੋੜਾਂ ਕੋ ਹੈ, ਫਿਰ ਆਪਾਂ ਕਿਵੇਂ ਜਾਵਾਂਗੇ ਉੱਥੇ ਐਡੀ ਛੇਤੀ? ਕਹਿੰਦੇ ਕਰਤਾਰ ਲੈ ਜੂਗਾ ਅੱਖਾਂ ਮੀਚੋ, ਤੁਸੀਂ ਅੱਖਾਂ ਮੀਚ ਕੇ ਸੁਲਤਾਨਪੁਰੇ ਦਾ ਧਿਆਨ ਕਰੋ। ਆਖਰ ਤਾਂ ਉੱਥੇ ਬੈਠੇ ਨੇ, ਆਖਰ ਸੁਲਤਾਨਪੁਰੇ ਬੈਠੇ ਨੇ ਬੇਬੇ ਨਾਨਕੀ। ਸੁਰਤੀ ਦੀ ਸਵਾਰੀ ਹੈ, ਔਰ ਇਹ ਕਿਸੇ ਨੇ ਨਹੀਂ ਕਰੀ, ਬਹੁਤ ਹੋਏ ਨੇ, ਆਪੋ ਆਪਣੇ ਮੱਤਾਂ ਅਨੁਸਾਰ ਠੀਕ ਹੈ। ਔਰ 1000 ਸਾਲ ਉਹਨੇ ਪ੍ਰੇਤ ਦੀ ਜੂਨ ਭੂਤ ਹੋਰ ਹੁੰਦਾ, ਜਿਵੇਂ ਆਪਣੇ ਵੀ ਨਾ ਬਿਆਦਰੀ ਉਹ ਰਾਮਗੜੀਏ ਨੇ, ਉਹ ਹਰੀਜਨ ਨੇ, ਉਹ ਜ਼ਿਮੀਂਦਾਰ ਨੇ, ਉਹ ਪੰਡਿਤ ਨੇ, ਹੈ ਕਿ ਨਾ? ਇਹੀ ਆ, ਇਹ ਵੀ ਇਹ ਗੱਲ ਹੈ। ਉਹ ਇਸ ਤਰ੍ਹਾਂ ਦੇ ਨਾਲ ਉਹ ਫਿਰ ਭੜਕਦਾ ਰਿਹਾ। ਪਾਕਿਸਤਾਨ ਬਣ ਗਿਆ, ਉੱਧਰੋਂ ਪ੍ਰੇਮੀ ਆਏ, ਮੁਗਪਲਾ ਉੱਥੇ ਪਿੰਡ ਸੀ, ਉੱਥੇ ਉਹਦੀ ਬਣੀ ਹੋਈ ਸੀ ਕਬਰ, ਮਖਮ ਰਾਜਾ ਲੋਕ ਪੂਜਦੇ ਸੀ ਉਹਨੂੰ। ਇਸ ਤਰ੍ਹਾਂ ਦੇ ਨਾਲ ਉਹ ਫਿਰ ਟਾਈਮ ਆ ਗਿਆ, ਸੰਤ ਮਹਾਰਾਜ ਜੀ ਹਾਪੜ ਜਾਂਦੇ ਹੁੰਦੇ ਸੀ ਆਪਣੇ ਬੜੇ, ਹਾਪੜ ਗਏ ਹੋਏ ਨੇ,
ਉਹ ਰੂਹ ਨਾਲ ਇਹ ਗੱਲਬਾਤ ਹੋ ਗਈ ਜੀ ਧਰਮ ਰਾਜਾ ਨਾਲ। ਆਹ ਇਸ ਤਰ੍ਹਾਂ ਨਾਲ ਅੱਗੇ ਦੱਸਾਂਗੇ। ਉਹ ਫਿਰ ਉਸ ਮੁੰਡੇ ਨੂੰ ਰੂਹ ਲੈ ਕੇ ਆਈ ਹਾਪੜ। ਸਰਦਾਰਾਂ ਦਾ ਮੁੰਡਾ ਸੀ, ਟਾਏ ਪਏ ਸੀ ਜਿਵੇਂ ਮੁਸਲਮਾਨ ਹੁੰਦਾ, ਫਟੇ ਜੇ ਕਰੇ ਸੀ ਉਸਦੇ। ਮਹਾਰਾਜ ਜੀ ਕੁਰਸੀ ਤੇ ਬੈਠੇ ਸਨ, ਨਮਸਕਾਰ ਕਰਨ ਤੋਂ ਉਹਨੇ ਸਿਰ ਜਾ ਮਸਲਾ ਦਿੱਤਾ। ਮਹਾਰਾਜ ਕਹਿੰਦੇ ਕੌਣ ਹੈ ਤੂੰ? ਕਹਿੰਦਾ ਮਹਾਰਾਜ ਜੀ ਮੈਂ ਸੁਲੇਮਾਨ ਕਾਜ਼ੀ ਹਾਂ, ਮੇਰੀ ਦਾਸਤਾਨ ਸੁਣੋ। ਜੇ ਆਪਾਂ ਕਹਿੰਦੇ ਮੇਰੀ ਬੇਨਤੀ ਸੁਣ ਲਓ। ਮਹਾਰਾਜ ਕਹਿੰਦੇ ਅੱਬ ਤੋਂ ਸੰਗਤ ਬੈਠੀ ਹੈ, ਕੱਲ੍ਹ ਨੂੰ ਤੇਰੀ ਸੁਣਾਂਗੇ ਬੇਨਤੀ। ਚੁੱਪ ਕਰ ਗਿਆ ਉੱਥੇ। ਘਰ ਕੁਰਸੀ ਤੋਂ ਬਾਅਦ ਮਹਾਰਾਜ ਜੀ ਗਏ। ਰਾਤ ਨੂੰ ਦੀਵਾਨ ਲਾਉਂਦੇ ਸੀ, ਸਾਨੂੰ ਮੇਟ ਦੀਵਾਨ ਲੱਗਦੇ ਸੀ। ਸਵੇਰ ਹੋਇਆ, ਹਾਜ਼ਰੀ ਪਾਣੀ ਛਾਪੇ, ਮਹਾਰਾਜ ਜੀ ਟਹਿਲਣ ਲੱਗ ਗਏ। ਟਹਿਲ ਕੇ ਭੋਰੇ 'ਚ ਚਲੇ ਗਏ। ਉੱਥੇ ਆਪਣ ਵੀ ਭੋਰਾ ਬਣਿਆ ਹੋਇਆ, ਉਹਨਾਂ ਪ੍ਰੇਮੀਆਂ ਨੇ ਬਣਾਇਆ ਜਿਹੜੇ ਉੱਥੇ ਰਹਿੰਦੇ, ਰਾਮ ਗੜੀਏ ਨੇ। ਆਹ ਕਟਾਰੀ ਦੇ ਨੇ ਸਾਡੇ ਕੋਲ ਦੇ ਜੀ। ਕਹਿੰਦੇ ਲਿਆਓ ਵੀ ਔਰ ਉਹਨੂੰ ਪੁੱਛੀਏ ਕੀ ਮੰਗਦੀ ਤੀ ਕੱਲ੍ਹ। ਆ ਗਿਆ, ਉਹਨੇ ਨਮਸਕਾਰ ਕਰੀ। ਕਹਿੰਦੇ ਦੱਸ ਭਾਈ। ਉਹ ਫਿਰ ਬੋਲਿਆ, ਸਾਰੀ ਉਹਨੇ ਗੱਲਬਾਤ ਦੱਸੀ। ਇਸ ਤਰ੍ਹਾਂ ਕਰਕੇ ਉਹ ਮੈਨੂੰ ਇਹ ਜੂਨੀ ਪ੍ਰਾਪਤ ਹੋ ਗਈ, ਕਿਰਪਾ ਕਰੋ। ਕੀ ਚਾਹੁੰਦਾ ਤੂੰ? ਕਹਿੰਦੇ ਕਹਿੰਦਾ ਮੈਂ ਨਜਾਤ ਚਾਹੁੰਦਾ। ਕਦੇ ਆਪਾਂ ਵੀ ਗੁਰੂ ਕੋਲੋਂ ਨਜਾਤ ਮੰਗੀ ਹੈ? ਹੁਣ ਆਪਾਂ ਸਾਰੇ ਹੀ ਬੈਠੇ ਹਾਂ ਇੱਥੇ। ਕਦੇ ਆਪਾਂ ਕਿਹਾ ਸੰਤ ਮਹਾਰਾਜ ਜੀ ਨੂੰ ਵੀ ਸਾਨੂੰ ਮੁਕਤ ਕਰ ਦਿਓ? ਨਹੀਂ ਕਿਹਾ। ਜਿਹਨੇ ਮੰਗ ਲਈ ਮਿਲ ਗਈ ਗੁਰੂ ਸਾਹਿਬ ਕੋਲੋਂ, ਜਿਹਨੇ ਮੁਕਤ ਮੰਗ ਲਈ ਮਿਲ ਗਈ, ਜਿਹਨੇ ਨਹੀਂ ਮੰਗੀ ਨਹੀਂ ਮਿਲੀ। ਅਤੇ ਮੰਗਿਆ ਤਾਂ ਹੀ ਪਦਾਰਥ ਮਿਲੇਗਾ, ਐਵੇਂ ਦਾ ਕੋਈ ਦਿੰਦਾ ਹੀ ਨਹੀਂ, ਲਈ ਫਿਰਦਾ ਨਹੀਂ ਵੀ ਤੂੰ ਲੈ ਲਾ। ਇਹਦਾ ਨਾਲ ਬਹੁਤ ਵੱਡੀ ਚੀਜ਼ ਹੈ। ਜਦ ਉਹਨੇ ਇਉਂ ਕਿਹਾ ਉਸਨੇ ਰੂਹ ਨੇ, ਮਹਾਰਾਜ ਜੀ ਮੈਨੂੰ ਨਜਾਤ ਕਰ ਦਿਓ। ਮਹਾਰਾਜ ਕਹਿੰਦੇ ਵੀ ਅੱਜ ਤਾਈਂ ਤਾਂ ਸਾਡੇ ਕੋਲੋਂ ਨਜਾਤ ਕਿਸੇ ਨੇ ਮੰਗੀ ਨਹੀਂ ਹੈ। ਕਹਿੰਦੇ ਮੁਕਤ ਨਹੀਂ ਮੰਗੀ ਸਾਡੇ ਕੋਲੋਂ ਕਿਸੇ ਨੇ, ਪਦਾਰਥ ਮੰਗਦੀ ਰਹੀ ਦੁਨੀਆ, ਹੋਰ ਮਾਣ ਵਡਿਆਈਆਂ ਦੁਨੀਆ ਮੰਗਦੀ ਰਹੀ, ਇਹ ਰੂਹ ਨੇ ਨਜਾਤ ਮੰਗੀ ਹੈ ਸਾਡੇ ਕੋਲ। ਆਹ ਇਸ ਤਰ੍ਹਾਂ ਨਾਲ ਜਿਹਨੂੰ ਆਪਾਂ ਮੁਕਤ ਕਹਿੰਦੇ ਹਾਂ, ਪੜ੍ਹੋ ਫਿਰ। ਕਹਿੰਦਾ ਮੈਨੂੰ ਨਜਾਤ ਕਰ ਦਿਓ, ਮੁਕਤ ਕਰ ਦਿਓ।
ਸਤਿਕਿਤ ਕਦ ਹੋਵੇਗੀ, ਇਹ ਮੁਕਤ ਕਦ ਹੋਵੇਗਾ ਜਦ ਮਨੁੱਖਾ ਸਰੀਰ ਮਿਲੇਗਾ ਇਸ। ਜੇ ਤਾਂ ਮਨੁੱਖਾ ਸਰੀਰ ਦੇ ਵਿੱਚ ਵਿੱਚ ਇਹ ਮੁਕਤ ਹੋ ਗਿਆ, ਆਤਮਾ ਦੇ ਵਿੱਚ ਚਲਿਆ ਗਾ, ਨਹੀਂ ਉਹੀ ਜੂਨੀਆਂ ਫਿਰ ਤਿਆਰ ਖੜੀਆਂ ਨੇ ਅੱਗੇ। ਜੇ ਮਰਦਾ ਨਹੀਂ ਨਾ, ਇਹਨੇ ਭੇਦ ਹੋਣਾ ਆਤਮਾ ਦੇ ਵਿੱਚ, ਨਿਰਾਕਾਰ ਵਾਹਿਗੁਰੂ ਦੇ ਵਿੱਚ। ਗੁਰੂ ਸਾਹਿਬ ਨੇ ਲਿਖਿਆ ਨਾ, ਮਰਨ ਹੈ ਹਾਰੇ ਜੀਰਾ ਨਾਹੀ, ਜੀਵ ਮਰੇਗਾ ਨਹੀਂ, ਫਿਰ ਇਹਨੂੰ ਸਜ਼ਾ ਲੱਗ ਜੇ ਕਰਮਾਂ ਨੂੰ ਸਾਰੇ ਭੜਕਦਾ ਫਿਰਦਾ ਹੁੰਦਾ। ਅਤੇ ਮਹਾਰਾਜ ਕਹਿਣ ਲੱਗੇ ਵੀ ਇਹ ਜਿਹੜੀ ਤੂੰ ਨਜਾਤ ਮੰਗਦਾ ਹੈ, ਨਜਾਤ ਤਾਂ ਇਹ ਰੂਹ ਦੇ ਵਿੱਚ ਹੋ ਨਹੀਂ ਸਕਦਾ। ਤੂੰ ਨਜਾਤ ਹਮੇਸ਼ਾ ਇਨਸਾਨ 'ਚ ਹੀ ਹੋਵੇਗੀ, ਇਸ ਰੂਹ ਦੀ, ਹੋਰ ਜੂਨੀਆਂ 'ਚ ਨਹੀਂ ਹੋਵੇਗੀ ਕਦੇ ਵੀ, ਮਨੁੱਖਾਂ ਦੇ ਤਾਂ ਮਿਲ ਜਾਵੇਗੀ। ਫਿਰ ਮਹਾਰਾਜ ਜੀ ਪੁੱਛਣ ਲੱਗ ਗਏ ਵੀ ਦੱਸ, ਤੂੰ ਧਰਮ ਰਾਜਾ ਕੋਲ ਗਿਆ ਸੀ, ਕਿਸ ਤਰ੍ਹਾਂ ਉੱਥੇ ਤੇਰੇ ਨਾਲ ਬੀਤੀ ਸੀ। ਉਹ ਦੱਸਣ ਲੱਗ ਗਿਆ ਸਾਰੀਆਂ ਗੱਲਾਂ। ਕਹਿੰਦਾ ਮਹਾਰਾਜ ਜੀ ਆਏ ਬਦੀ ਅੱਲਾ, ਮੈਨੂੰ ਜਮਦੂਤ ਲੈ ਗਏ, ਖਰੜੀ ਲਾ ਤੀ ਮੇਰੀ, ਕੁੱਟ ਕੁੱਟ ਗਏ ਉਹਨਾਂ ਨੇ। ਮੈਂ ਪਾਪ ਬਹੁਤ ਕਰਦਾ ਅਤੇ ਹਿੰਦੂਆਂ ਨੂੰ ਮਰਵਾਉਂਦਾ ਹੁੰਦਾ, ਸ਼ਰ੍ਹਾਂ 'ਚ ਸੀ, ਸ਼ਰ੍ਹਾਂ 'ਚ ਆਪਣੇ ਆਪ ਮੈਂ ਕੋਈ ਮੁਰਸ਼ਦ ਨਹੀਂ ਦੀ ਧਾਰਨ ਕਰਿਆ, ਬਹੁਤ ਪੜ੍ਹਿਆ ਲਿਖਿਆ ਸੀ। ਅਤੇ ਫਿਰ ਸਜ਼ਾ ਸੁਣਾਉਣੀਆਂ ਸ਼ੁਰੂ ਕਰਤੀਆਂ ਧਰਮ ਰਾਜਾ ਨੇ। ਜਦ ਫਿਰ ਹਜ਼ਾਰ ਸਾਲ ਦੀ ਸਜ਼ਾ ਸੁਣਾਈ ਵੀ ਤੂੰ ਪ੍ਰੇਤੀ ਦੇ ਪ੍ਰੇਤ ਦੀ ਜੂਨੀ ਦੇ ਵਿੱਚ ਰਹੇਗਾ। ਮੈਂ ਠੀਕ ਆ, ਪੜ੍ਹਿਆ ਲਿਖਿਆ ਬਹੁਤ। ਕਹਿੰਦਾ ਮੈਂ ਕੈੜਾ ਦਿਲ ਕਰਕੇ ਬੋਲਿਆ ਫਿਰ ਧਰਮ ਰਾਜਾ ਨੂੰ ਵੀ ਮਹਾਰਾਜ ਠੀਕ ਹੈ, ਤੁਸੀਂ ਮੈਨੂੰ ਸਜ਼ਾ ਤਾਂ ਦੇ ਦਿੱਤੀ, ਇਹ ਸਜ਼ਾ ਦਾ ਕਿਤੇ ਅੰਤ ਵੀ ਆ ਜਾਏਗਾ ਕਿ ਮੈਂ ਇਸ ਰੂਹ ਦੇ ਵਿੱਚ ਇਸ ਯੂਨੀ ਦੇ ਵਿੱਚ ਸੁੱਟ ਵੀ ਜਾਵਾਂਗਾ। ਉਹ ਮਹਾਰਾਜ ਜੀ ਨੂੰ ਦੱਸਦਾ ਸੀ ਕੋਲ ਬੈਠੇ ਸਾਰੀ। ਕਹਿੰਦਾ ਮਹਾਰਾਜ ਜੀ ਮੈਨੂੰ ਫਿਰ ਧਰਮ ਰਾਜਾ ਨੇ ਕਿਹਾ ਸੀ, ਕਹਿੰਦਾ ਬਾਬਾ ਕਰਮਸ ਮਹਾਰਾਜ ਦੀ ਗੱਦੀ 'ਤੇ ਰਾੜੇ ਵਾਲੇ ਸੰਤ ਈਸ਼ਵਰ ਸਿੰਘ ਜੀ ਹੋਣਗੇ, ਉਹ ਤੈਨੂੰ ਇਹ ਰੂਹ 'ਚੋਂ ਕੱਢ ਕੇ ਇਨਸਾਨ ਦੀ ਰੂਹ 'ਚ ਪਾ ਦੇਣਗੇ, ਤਾਂ ਤੇਰਾ ਖਾਤਮਾ ਹੋ ਜਾ ਇਹ ਰੂਹ 'ਚ। ਇਸ ਤਰ੍ਹਾਂ ਨਾਲ ਉਹਨੂੰ ਦੱਸਿਆ ਸਾਰੀ ਪਿੱਛੇ ਜੋ ਬੀਤੀ ਸੀ ਉਹਦੇ ਨਾਲ। ਇਹ ਤਾਂ ਬਹੁਤ ਵੱਡਾ ਲੰਮਾ ਕੰਮ ਹੈ, ਤਾਂ 2 ਘੰਟੇ ਬਚਨ ਕਰਦਾ ਰਿਹਾ ਸੀ ਮਹਾਰਾਜ ਜੀ ਨਾਲ। ਫਿਰ ਮਹਾਰਾਜ ਕਹਿਣ ਲੱਗੇ ਵੀ ਇਹ ਜਿਹੜੀ ਤੈਨੂੰ ਜੂਨੀ ਮਿਲੀ ਹੈ ਨਾ ਸਰੀਰ, ਇਹਦੇ ਵਿੱਚ ਮੁਕਤ ਨਹੀਂ ਹੋ ਸਕਦਾ ਇਹ ਜਿਹੜਾ ਜੀਵ ਹੈ, ਅਤੇ ਮਨੁੱਖਾਂ ਦੇ ਇਹਦੇ ਵਿੱਚ ਮੁਕਤ ਹੋ ਸਕਦਾ। ਕਹਿਣ ਲੱਗਾ ਮਹਾਰਾਜ ਜੀ ਫਿਰ ਮੈਨੂੰ ਮਨੁੱਖਾਂ ਦੇ ਦਿਓ। ਸੰਤ ਮਹਾਰਾਜ ਕਹਿੰਦੇ ਤੈਨੂੰ ਦਿੱਲੀ ਘੱਲ ਦੀਏ, ਛੋਟੇ ਸਰਦਾਰ ਦੇ ਲੜਕਾ ਨਹੀਂ ਹੈ। ਕਹਿੰਦਾ ਨਹੀਂ, ਉੱਥੇ ਨਹੀਂ ਮੈਂ ਜਾਣਾ, ਮੈਂ ਤਾਂ ਫਿਰ ਭੁੱਲ ਜੂ ਮਾਇਆ 'ਚ, ਅੱਗੇ ਮਾਇਆ ਲਈ ਭੁਲਾਇਆ ਹੋਇਆ ਮੈਂ, ਫਿਰ ਤਾਂ ਅਬਦਰੂਹਾਂ ਦੇ ਵਿੱਚ ਭੜਕਦਾ। ਕਹਿੰਦਾ ਨਹੀਂ, ਮੈਂ ਨਹੀਂ ਜਾਣਾ ਉਹਨਾਂ ਸਰਦਾਰਾਂ, ਮੈਂ ਤਾਂ ਸਿਰਫ ਨਜਾਤ 'ਚ ਆਉਣਾ। ਮੈਂ ਹੁਣ ਕੋਈ ਪਦਾਰਥਾਂ ਨੇ ਨਾ ਮੇਰੇ ਨਾਲ ਪਲ ਉਧਕਾਰੀ ਕਰ ਦਿੱਤੀ, ਜਿਹੜੀ ਆ ਭੜਕਦਾ ਫਿਰਦਾ ਅਬਦਰੂਹਾਂ। ਕਿਰਪਾ ਕਰੋ, ਤੁਸੀਂ ਗਰੀਬ ਸਿੱਖ ਹੋਵੇ ਤੁਹਾਡਾ, ਉਹਦੇ ਘੱਲ ਦਿਓ, ਮੈਂ ਚਲਿਆ ਜਾਊਂਗਾ। ਇੱਕ ਲੜਤੋਂ ਦਾ ਸੀਗਾ ਗੁਰਦੇਸ਼, ਨਾਮੇ ਗਾਇਘੱਟ ਕਹਿੰਦੇ ਨੇ ਉਹਨੂੰ, ਉਹਦੇ ਲੜਕੀ ਸੀ 12 ਸਾਲ ਦੀ, ਉਹ ਵੀ ਮਹਾਰਾਜ ਕੋਲ ਬੇਨਤੀ ਕਰਦਾ, ਮੇਰੇ ਮਹਾਰਾਜ ਜੀ ਰੋਸ਼ਨੀ ਕਰ ਦਿਓ ਘਰ 'ਚ, ਜਿਹੜਾ ਪੁੱਤਰ ਆ ਗੁਰਮੁਖ ਇਸਨੂੰ ਘਰ ਦਾ ਦੀਵਾ ਮੰਨਿਆ। ਬੜੇ ਬੜੇ ਰਾਜੇ ਰਾਣੇ ਵੀ ਇਹ ਇਸ ਨੂੰ ਪਹੁੰਚਾਉਂਦੇ ਨੇ। ਗੁਰੂ ਸਾਹਿਬ ਨੇ ਵੀ ਲਿਖਿਆ, ਪੁੱਤੀ ਗੰਢ ਪਵੇ ਸੰਸਾਰ ਪੜ੍ਹੋ ਪ੍ਰੇਮ ਦੇ ਨਾਲ, ਗੰਢ ਪਵੇ ਗੰਢ।
ਸੱਤੀ ਲੋਕ ਨੇ ਜਿਹਦੇ ਪੁੱਤਰ ਨਹੀਂ ਘਰ ਦੇ ਵਿੱਚ, ਸਮਝ ਉਹਦੇ ਘਰ ਦੇ ਵਿੱਚ ਹਨੇਰਾ ਰਹਿੰਦਾ, ਚਾਹੇ ਰਾਜ ਹੈ ਚਾਹੇ ਅਮੀਰ ਹੈ ਚਾਹੇ ਗਰੀਬ ਹੈ। ਉਹ ਗਾਹ ਗੱਡ ਵੀ ਬੇਨਤੀ ਕਰਦਾ ਹੁੰਦਾ ਸੀ, ਮਹਾਰਾਜ ਮੇਰੇ 12 ਸਾਲ ਦੀ ਲੜਕੀ ਹੋ ਗਈ, ਕਿਰਪਾ ਕਰ ਦਿਓ। ਕਹਿੰਦੇ ਹੋ ਜੂ ਕਿਤੇ। ਉਹ ਗਿਆ ਹੋਇਆ ਸੀ ਹਾਪੜ, ਮਹਾਰਾਜ ਕਹਿੰਦੇ ਗਾਹ ਗੱਡਾ ਤੈਨੂੰ ਭੂਤ ਦੇ ਦੀਏ। ਕਹਿੰਦਾ ਕਰੋ ਕਿਰਪਾ ਜੀ ਮੇਰੇ 'ਤੇ ਜ਼ਰੂਰ। ਕਹਿਣ ਲੱਗੇ ਇਹਦੇ ਘਰ 'ਚ ਲੈ ਜਾ ਭਾਈ ਤੂੰ। ਕਹਿੰਦਾ ਸਤਵਚਨ ਜੀ। ਕਹਿੰਦਾ ਫਿਰ ਇਉਂ ਦੱਸੋ ਮੈਂ ਉਨ੍ਹਾਂ ਚਿਰ ਕਿੱਥੇ ਰਹਾਂ? ਕਹਿੰਦੇ ਇਸੇ 'ਚ ਰਹੀ ਜਾ ਉਹਨਾਂ 'ਚ, ਵਚਨ ਹੋ ਗਿਆ ਮਹਾਂਪੁਰਸ਼ਾਂ ਦਾ, ਗੁਰੂ ਕੋ ਗੁਰਬਾਣੀ ਨੇ ਲਿਖਿਆ, ਪੜ੍ਹੋ ਬਰੇਨ ਦੇ ਨਾਲ। ਉਹਨੂੰ ਇਨਸਾਨ ਦੇ ਜਾਮੇ ਚਾਹੀ ਕਰਤਾ ਰੂਹ ਨੂੰ ਵੀ ਜਾ ਇਸ ਦੇ ਘਰ ਚ ਲੈ ਜਾ, ਤੂੰ ਮਨੁੱਖਾਂ ਦੇ ਮਿਲ ਜਾਵੇਗੀ, ਫਿਰ ਤੂੰ ਗੁਰੂ ਵਾਲਾ ਬਣ ਕੇ ਨਾਮ ਦਾ ਅਭਿਆਸ ਕਰੀ ਜਾ, ਤੇਰੀ ਨਿਜਾਤ ਹੋ ਜਾਵੇਗੀ, ਬੱਚੇ ਦੀ ਮੈਦਵਾਰੀ ਹੋ ਗਈ। 6 ਮਹੀਨੇ ਹੋ ਗਏ, ਮਹਾਰਾਜ ਕਹਿਣਗੇ ਵੀ 6 ਮਹੀਨੇ ਤੋਂ ਬਾਅਦ ਰੂਹ ਹੈ ਜਿਹੜੀ ਉਹ ਚਲੀ ਜਾਂਦੀ ਹੈ। 52 ਕਿਸ਼ਨ ਦੀ ਪਾਉਣ ਆ ਆਪਣੇ ਸਰੀਰ ਦੇ ਵਿੱਚ, ਜਿਹੜਾ ਬੱਚਾ ਹੈ ਉਹ ਪਹਿਲੇ ਦਿਨੇ ਰੂਹ ਨਹੀਂ ਜਾਂਦੀ ਉੱਥੇ, ਨਹੀਂ ਉਹ ਇੱਕ ਪਾਉਣ ਹੈ ਅੰਦਰ ਜਿਹਨੂੰ ਆਪਾਂ ਹਵਾ ਕਹਿੰਦੇ ਹਾਂ, ਉਹ ਹਵਾ ਦੇ ਆਸਰੇ ਸਰੀਰ ਬਣਦਾ ਅੰਦਰ। ਦੇਖ ਲਓ ਪਰਮੇਸ਼ਰ ਨੇ ਕੀ ਕੁਛ ਰੱਖਿਆ ਅੰਦਰ।
ਜਦ ਪੂਰੇ ਅੰਗ ਬਣ ਜਾਂਦੇ ਨੇ, 6 ਮਹੀਨੇ ਦਾ ਬੱਚਾ ਹੋ ਜਾਂਦਾ, ਅੰਗ ਬਣ ਜਾਂਦੇ ਨੇ। ਜੇ ਆਪਾਂ ਪਸ਼ੂਆਂ ਦੇ ਦੇਖਦੇ ਨੀ, ਕੁੱਖ ਦੇ ਵਿੱਚ ਉਹ ਫਿਰਦਾ ਹੁੰਦਾ ਬਸਰੂ, ਉਹਦੇ 'ਚ ਫਿਰ ਰੂਹ ਆ ਜਾਂਦੀ ਹੈ, ਇਸ ਤਰ੍ਹਾਂ ਦਾ ਹੈ। ਅਤੇ ਜਦ ਇਸ ਸੰਤ ਮਹਾਰਾਜ ਨੇ ਕਿਹਾ, ਕਹਿੰਦਾ ਮਹਾਰਾਜ ਜੀ ਉੱਥੇ ਤਾਂ ਬਹੁਤ ਔਖਾ, ਉੱਥੇ ਤਾਂ ਬਹੁਤ ਔਖਾ ਰਹਿਣਾ। ਕਹਿਣ ਲੱਗੇ ਅਸੂਲ ਹੈ ਪਰਮੇਸ਼ਰ ਦਾ, ਇਹ ਤਾਂ ਸ਼ਰਧਾ ਆਪੋ ਆਪਣੀ ਗੁਰੂ। ਉਹ ਰੂਹ ਕਹਿੰਦੀ, ਕਹਿੰਦੀ ਅਸੂਲ ਕਿਹਦਾ ਬਣਾਇਆ ਹੋਇਆ? ਅਸੂਲ ਕਹਿੰਦੇ ਤੁਹਾਡਾ ਹੀ ਬਣਾਇਆ ਹੋਇਆ, ਹਾਲਾਂਕਿ ਰੂਹ ਹੈ ਨਾਲੇ। ਔਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਚੁੱਪ ਕਰਕੇ। ਜਦ ਫਿਰ ਦਿਨ ਪੂਰੇ ਹੋ ਗਏ, ਬੀਬੀਆਂ ਨੂੰ ਪਤਾ ਹੁੰਦਾ ਵੀ ਜਿੰਨੇ ਦਿਨਾਂ ਤੋਂ ਬਾਅਦ ਬੱਚਾ ਜਨਮ ਲੈਂਦਾ, ਅਤੇ ਨਹੀਂ ਗਈ ਰੂਹ। ਮਹਾਰਾਜ ਨੇ ਸੱਦਿਆ, ਕਹਿੰਦੇ ਤੂੰ ਗਿਆ ਨਹੀਂ? ਕਹਿੰਦਾ ਮਹਾਰਾਜ ਜੀ ਬਈ ਮੈਂ ਤਾਂ ਤੁਹਾਡਾ ਜਨਮ ਦਿਨ ਦੇਖ ਕੇ ਜਾਊਂਗਾ। ਜਨਮ ਦਿਨ ਅਸੀਂ ਮਨਾਉਂਦੇ ਹੁੰਦੇ ਸੀਗੇ ਦਬਲਾਂ, ਉਹ ਵੀ ਨਾਲੇ ਹੀ ਰਹਿੰਦਾ ਸੀ ਮੁੰਡਾ ਮੋਹਨ ਸਿੰਘ ਜੀ ਉਹ ਨਾਮ। ਦਿਨ ਉੱਤੇ ਹੋ ਗਏ 8-9 ਦਿਨ ਲੱਗ ਗਏ, ਖਤਰਾ ਹੋ ਗਿਆ ਲੋਕਾਂ ਨੂੰ ਵੀ ਊਈ ਹੈ ਤਾਂ ਊਈ ਹੋਈ ਹੈ ਨਹੀਂ, ਬਹੁਤ ਦੁਨੀਆ ਵੀ ਸ਼ੰਕਾ ਕਰਦੀ ਰਹੀ, ਡੇਰੇ ਦੇ ਬੰਦੇ ਵੀ ਸ਼ੰਕਾ ਕਰਦੇ ਰਹੇ। ਜਿਨ੍ਹਾਂ ਦੀ ਬਾਹਰਲਿਆਂ ਦੀ ਸ਼ਰਧਾ ਸੀ ਉਹਨਾਂ ਨੇ ਸ਼ੰਕਾ ਨਹੀਂ ਕਰੀ, ਜਿਨ੍ਹਾਂ ਦੀ ਡੇਰੇਦਿਆਂ ਦੀ ਸ਼ਰਧਾ ਸੀ ਉਹਨਾਂ ਨੇ ਸ਼ੰਕਾ ਨਹੀਂ ਕਰੀ ਬਈ ਜੋ ਮਹਾਰਾਜ ਨੇ ਕਹਿ ਦਿੱਤਾ ਉਸੇ ਤਰ੍ਹਾਂ ਹੋਵੇਗਾ ਅਤੇ ਪੁੱਤਰ ਜੰਮੇਗਾ ਉਸਦੇ। ਕਈ ਕਹਿੰਦੇ ਜੇ ਕੁੜੀ ਜੰਪੀ ਆਪਣੀ ਤਾਂ ਬਦਨਾਮੀ ਹੋ ਜੂਗੀ। ਦੇਖੋ ਜੀ ਆਹ ਇਸ ਤਰ੍ਹਾਂ ਦੇ ਨਾਲ। ਫਿਰ ਕਹਿੰਦਾ ਮਹਾਰਾਜ ਤੁਹਾਡਾ ਜਨਮ ਦਿਨ ਦੇਖ ਕੇ ਜਾਊਂ ਮੈਂ ਤਾਂ। ਖੈਰ ਉੱਥੇ ਚਲੇ ਗਏ ਦੌਲਾਨ, ਸਾਰੀ ਰਾਤ ਦਵਾ ਰਿਹਾ, ਸਵੇਰ ਹੋਈ, ਦੁਪਹਿਰ ਦਾ ਟਾਈਮ ਸੀ। ਸੰਤ ਮਹਾਰਾਜ ਜੀ ਛਾ ਛੱਕ ਕੇ ਭੋਰੇ 'ਚ ਮੰਜੇ 'ਤੇ ਬੈਠੇ ਸਨ ਪੜ੍ਹਨ 'ਤੇ। ਉਹ ਗਿਆ ਫਿਰ ਉਹਨੇ ਜਾ ਕੇ ਨਮਸਕਾਰ ਕਰੀ, ਉਹ ਜਿਹੜੀ ਰੂਹ ਸੀ ਫਿਰ ਉਸਨੇ ਸ਼ਕਲ ਧਾਰੀ। ਇਹ ਜਿਹੜੇ ਰੂਹਾਂ ਨੇ ਸ਼ਕਲ ਵੀ ਧਾਰ ਲੈਂਦੀਆਂ ਨੇ। ਅਤੇ ਫਿਰ ਮਹਾਰਾਜ ਜੀ ਨੇ ਉਹਦੇ ਸਿਰ 'ਤੇ ਹੱਥ ਰੱਖ ਦਿੱਤਾ, ਉਹ ਸਰੀਰ ਗਿਰ ਗਿਆ, ਉਹ ਜਿਹੜੀ ਰੂਹ ਸੀ ਉਹ ਬੱਚੇ ਨੇ ਜਨਮ ਲੈ ਲਿਆ, ਬਾਹਰ ਆ ਗਿਆ, ਹਿੱਲੇ ਨਾ, ਰੂਹ ਨਹੀਂ ਨਾ ਗਈ। ਉਹ ਕਹਿੰਦੇ ਤਾਂ ਮਰਿਆ ਹੈ, ਉਹ ਤਾਂ ਮਰਿਆ ਹੈ। ਉਹ ਗਾਇਗੜ ਜਾਣਦਾ ਸੀ, ਕਹਿੰਦਾ ਚੁੱਪ ਕਰਕੇ ਬੈਠੇ ਨਾ। ਮਹਾਰਾਜ ਨੇ ਕਿਹਾ ਵੀ ਜਾ ਚੱਲਿਆ ਜਾ। 15-20 ਮਿੰਟ ਤੋਂ ਬਾਅਦ ਉਹਦਾ ਸਰੀਰ ਹਿਲਣ ਲੱਗ ਗਿਆ। ਕਿਹਨੇ ਹਿਲਾਇਆ? ਰੂਹ ਨੇ, ਰੂਹ ਨੇ ਜਾ ਕੇ ਹਿਲਾਇਆ ਗੁਰੂ। ਆਪਾਂ ਨੂੰ ਵੀ ਰੂਹ ਹੀ ਹਿਲਾਉਂਦੀ ਹੈ, ਆ ਸਰੀਰ ਤਾਂ ਆਪਣਾ ਵੀ ਮਿੱਟੀ ਹੈ, 5 ਤੱਤਾਂ ਦਾ ਬਣਿਆ ਹੋਇਆ, ਮਿੱਟੀ ਹੈ, ਪਾਣੀ ਹੈ, ਅੱਗ ਹੈ, ਹਵਾ, ਆਕਾਸ਼ ਹੈ, ਫਿਰ ਅੱਗੇ ਚੇਤਨ ਹੈ। ਆ ਜਿਹੜਾ ਆਪਣੇ ਅੰਦਰ ਹਰਕਤ ਦਿੰਦਾ ਆਪਾਂ ਨੂੰ ਜੀਵ ਕਹਿੰਦੇ, ਰੂਹ ਕਹਿੰਦੇ ਨੇ ਇਸਲਾਮ ਦੇ ਵਿੱਚ। ਔਰ ਇਸ ਤਰ੍ਹਾਂ ਦੇ ਨਾਲ ਜਦ ਫਿਰ ਜਦ ਉਹਨੇ ਜਨਮ ਲੈਣ 'ਤੇ ਅੱਗੋਂ ਮੈਂ ਮਹਾਰਾਜ ਜੀ ਕੋ ਗਿਆ ਭੋਰੇ 'ਚ, ਮੈਂ ਕਿਹਾ ਮਹਾਰਾਜ ਜੀ ਇਹ ਤਾਂ ਹੁਣ ਗੱਲਾਂ ਕਰਦਾ ਇਹਦੇ ਵਿੱਚ, ਜਦ ਇਹ ਰੂਹ ਬੱਚੇ ਦੇ ਵਿੱਚ ਚਲੀ ਜਾਊਗੀ ਫਿਰ ਵੀ ਇਹ ਗੱਲਾਂ ਕਰਿਆ ਕਰੂ? ਕਹਿੰਦੇ ਨਹੀਂ, ਇਹਦਾ ਸਰੀਰ ਹੈ 2 ਤੱਤਾਂ ਦਾ, ਅੱਗ ਹੈ ਔਰ ਹਵਾ ਹੈ। ਅੱਗ ਫੂਕਦੀ ਹੈ, ਹਵਾ ਭੱਜਦੀ ਹੈ, ਸਜ਼ਾ ਲੱਗੀ ਹੋਈ ਹੈ ਇਹਨੂੰ, ਵੱਜਿਆ ਫਿਰਦਾ। ਦੇਖ ਲਓ ਆਪਾਂ ਕਿਉਂ ਨਹੀਂ ਸਿਰ ਮਾਰਦੇ? ਉਹ ਕਿਉਂ ਸਿਰ ਮਾਰਦੇ ਹੁੰਦੇ ਨੇ ਇੰਨੀ ਛੇਤੀ? ਫਿਰ ਉਹ ਹਵਾ ਘੁੰਮਦੀ ਹੁੰਦੀ ਹੈ, ਹਵਾ। ਕਹਿੰਦੇ 5 ਤੱਤਾਂ ਦੇ ਵਿੱਚ ਜਦ ਰੂਹ ਚਲੀ ਜਾਊਗੀ ਨਾ, ਇਹਨੇ ਆਪਣਾ ਆਪਾ ਭੁੱਲ ਜਾਣਾ। ਜੇ ਆਪਾਂ ਨੂੰ ਹੁਣ ਪਤਾ ਹੋਵੇ ਵੀ ਅਸੀਂ ਰੂਹ ਹਾਂ, ਤਾਂ ਫਿਰ ਆਪਾਂ ਉਪਾਅ ਨਾ ਕਰੀਏ ਪਰਮੇਸ਼ਰ ਨੂੰ ਮਿਲਣ ਦਾ? ਹੁਣ ਆਪਾਂ ਭੁੱਲੇ ਹੋਏ ਹਾਂ ਰੱਬ ਨੂੰ, ਭੁਲਾਏ ਕੀ ਨੇ ਆ ਸਰੀਰ ਨੇ। ਕਹਿੰਦੇ ਜਦ ਇਹ 5 ਤੱਤਾਂ 'ਚ ਚਲਾ ਜਾਊਗਾ ਇਹ ਆਪਣੇ ਆਪ ਨੂੰ ਭੁੱਲ ਜੂਗਾ। ਆਹ ਦੇਖ ਲਓ ਉਸਨੇ ਫਿਰ ਜਨਮ ਲੈ ਲਿਆ। ਹੁਣ ਉਹਨੂੰ ਜੇ ਕਹਿੰਦੇ ਤੂੰ ਭੂਤ ਹੈ, ਉਹ ਸੰਗਦਾ ਹੈ, 11ਵੀਂ ਜਮਾਤ 'ਚ ਪੜ੍ਹਦਾ ਹੁਣ ਉਹ ਨਿੱਕਾ। ਔਰ ਇਸ ਤਰ੍ਹਾਂ ਦੇ ਨਾਲ ਜਿਹੜੇ ਮਹਾਂ ਬਗੈਰ ਗੁਰੂ ਤੇ ਕਦੇ ਜਿਹੜੀ ਨਜਾਤ ਹੈ ਇਹ ਕਹਿੰਦੇ ਤੈਨੂੰ ਅਸੀਂ ਮਨੁੱਖਾ ਦੇ ਦੇਣਾ, ਤੇਰੀ ਹਿੰਮਤ ਨਾਲ ਫਿਰ ਤੂੰ ਨਜਾਤ ਆ ਪ੍ਰਾਪਤ ਕਰ ਲਈ ਅਭਿਆਸ ਕਰਕੇ ਗੁਰੂ ਵਾਲਾ ਬਣ ਕੇ। ਅਸੀਂ ਆਪਣਾ ਫਰਜ਼ ਅਦਾ ਕਰਤਾ ਤਾਂ ਆਪਣਾ ਫਰਜ਼ ਅਦਾ ਕਰਨਾ, ਗੁਰੂ ਨੇ ਤਾਂ ਉਪਦੇਸ਼ ਦੇਣਾ ਉਹ ਫਰਜ਼ ਹੈ ਗੁਰੂ ਦਾ,
ਕਮਾਉਣਾ ਸਿੱਖਣੇ ਆ ਫਿਰ ਅੱਗੇ। ਜੇ ਗੁਰੂ ਨੇ ਉਪਦੇਸ਼ ਕਰਤਾ ਸਿੱਖ ਨਾ ਕਮਾਵੇ ਫਿਰ ਨਜਾਤ ਹੋ ਜੂਗੀ ਕਿ ਆਤਮਾ ਨਾਲ ਮਿਲ ਜਾਵੇਗਾ? ਨਹੀਂ ਮਿਲਣਾ। ਆਹ ਇਸ ਤਰ੍ਹਾਂ ਨਾਲ ਜਿੰਨਾ ਚਿਰ ਇਹ ਗੁਰੂ ਵਾਲਾ ਨਹੀਂ ਬਣਦਾ, ਇਹ ਮਾਤ ਲੋਕ ਦਾ ਤਾਂ ਅਸੂਲ ਹੈ। ਜਿਹੜੇ ਅਵਤਾਰ ਵੀ ਆਏ ਨੇ ਨਾ ਅਵਤਾਰ, ਉਹਨਾਂ ਨੂੰ ਵੀ ਇਹ ਮਰਜ਼ਾਦਾ ਕਰਨੀ ਪਈ। ਮਰਜ਼ਾਦਾ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਕਰੀ ਸੀ, ਜਦ ਦੇਖਿਆ ਆ ਕੇ ਵੀ ਬਗੈਰ ਗੁਰੂ ਤੇ ਤਾਂ ਇੱਥੋਂ ਉਪਦੇਸ਼ ਹੀ ਨਹੀਂ ਕਰ ਸਕਦਾ। ਹਾਲਾਂਕਿ ਆਪ ਗੁਰੂ ਸਨ, ਨਿਰਕਾਰ ਨਿਰਾਕਾਰ ਤੋਂ ਸਰਗੁਣ ਸੀ, ਪਰ ਮਰਜ਼ਾਦਾ ਸੀ ਮਾਤ ਲੋਕ। ਫਿਰ ਨਿਰਾਕਾਰ ਦੇਸ਼ 'ਚ ਜਾ ਕੇ ਫਿਰ ਵਾਹਿਗੁਰੂ ਹਰ ਗੁਰਮੰਤਰ ਲੈ ਕੇ ਆਏ ਸਨ ਉੱਥੋਂ। ਤਾਂ ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਜਿਹੜਾ ਨਗੋਰਾ ਬੰਦਾ ਨਾ, ਉਹਦੀ ਕਦੇ ਮੁਕਤ ਨਹੀਂ ਹੋਈ। ਨਾਰਦ ਵਰਮਾ ਦਾ ਪੁੱਤਰ ਸੀ ਨਾਰਦ, ਜਿਹੜਾ ਇਹ ਨਗੋਰਾ ਸੀ ਗੁਰਮੁਖ, ਬੜੋ ਬੁਰੇ ਨਾਲ ਦੱਸਿਆ ਗੁਰਾਂ ਗੁਰਾਂ ਤੋਂ ਕਦੇ ਮੁਕਤ ਹੀ ਨਹੀਂ ਹੋਇਆ। ਅੱਗੋਂ ਜਿਹੜੀ ਰੂਹ ਸੀ
ਕਹਿਣ ਲੱਗੇ ਮੇਰਾ ਅੱਖਰ ਗੱਗਾ ਨਿਕਲੂਗਾ ਜਦ ਮੇਰਾ ਨਾਮ ਰੱਖੋਗੇ। ਮੇਰਾ ਨਾਮ ਗੱਗੇ ਤੋਂ ਰੱਖਿਓ, ਸਾਰੀ ਦੁਨੀਆ ਦੇ ਵਿੱਚ ਇਹ ਗੱਲ ਰੋਸ਼ਨ ਹੋ ਗਈ ਵੀ ਇਹਨੇ ਕਿਹਾ ਗੱਗਾ ਨਿਕਲੇਗਾ। ਮਹਾਰਾਜ ਜੀ ਪੂਰਨਵਾਸੀ ਨੂੰ ਦੀਵਾਨ ਅਤਰ ਸਰ ਲਾਉਂਦੇ ਹੁੰਦੇ ਸੀ ਜੋ ਜੀ ਟੀ ਰੋਡ ਦਰਾਹੇ ਕੋ, ਤਾਂ ਫਿਰ ਅਖਬਾਰਾਂ ਵਾਲੇ ਹੋਰ ਲੋਕ ਉੱਥੇ ਦਾ ਬਹੁਤ ਦੁਨੀਆ ਇਕੱਠੀ ਹੋ ਗਈ ਵੀ ਦੇਖੀਏ। ਮਹਾਰਾਜ ਨੂੰ ਵੀ ਦੱਸ ਦਿੱਤਾ ਹਜੂਰਾ ਸਿੰਘ ਨੇ ਵੀ ਆਹ ਗੱਲ ਆ, ਉੱਥੇ ਤਾਂ ਬਹੁਤ ਦੁਨੀਆ ਇਕੱਠੀ ਹੋ ਗਈ। ਕਹਿੰਦੇ ਅੱਛਾ ਇਉਂ ਕਹਿੰਦਾ ਸੀ? ਕਹਿੰਦੇ ਹਾਂ ਜੀ। ਖੈਰ ਆ ਗਏ, ਦੀਵਾਨ ਦੀ ਸਮਾਪਤੀ ਹੋਈ ਅਤੇ ਫਿਰ ਜਦ ਦਰਬਾਰ ਸਾਹਿਬ ਦਾ ਵਾਕ ਲਿਆ ਗੁਰਮੁਖੋ, ਚਾਰ ਗੱਗੇ ਇੱਕ ਪੰਗਤੀ ਨਾਲ ਆਉਂਦੇ ਰਹੇ, ਚਾਰ ਗੱਗੇ। ਅਤੇ ਉਸਨੇ ਕਿਹਾ ਸੀ ਵੀ ਮੇਰਾ ਨਾਮ ਗੁਰਦੀਪ ਸਿੰਘ ਰੱਖਿਓ। ਮਹਾਰਾਜ ਕਹਿੰਦੇ ਹੁਣ ਅਸੀਂ ਆਪਣੀ ਮਰਜ਼ੀ ਨਾ ਰੱਖਾਂਗੇ। ਉਹਦਾ ਨਾਂ ਫਿਰ ਗੁਰਬਖਸ਼ੀਸ ਸਿੰਘ ਰੱਖਿਆ ਵੀ ਗੁਰਾਂ ਨੇ ਬਖਸ਼ਿਸ਼ ਕਰੀ ਹੈ ਗੜ੍ਹ ਤੇ। ਆਓ ਇਸ ਤਰ੍ਹਾਂ ਦੇ ਨਾਲ ਸਵੇਰੇ ਖੰਡੇ ਦਾ ਅੰਮ੍ਰਿਤ ਤਿਆਰ ਹੋਵੇਗਾ। ਅੱਛਾ ਆਓ ਫਿਰ ਐਤਵਾਰ ਪਰਸੋਂ, ਮੈਂ ਕਿਤੇ ਇਕੱਲੇ ਹੀ ਹੈ, ਮੈਂ ਅਨਪੜ੍ਹਾਂ ਨੂੰ ਪੜ੍ਹੇ ਹੋਏ ਯਾਦ ਰੱਖਦੇ ਨੇ। ਆਓ ਇਸ ਤਰ੍ਹਾਂ ਦੇ ਨਾਲ ਆਓ, ਅਬ ਟਾਈਮ ਹੋ ਗਿਆ ਆਨੰਦ ਸਾਹਿਬ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਆਪਾਂ ਗੁਰੂ ਸਤੋਤਰ, ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ, ਸੀਤ ਪ੍ਰਸ਼ਾਦ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਮੈਂ ਤਾਂ ਇੱਕੋ ਹੀ ਜਵਾਨ ਸਮਝਿਆ ਸੀ, ਤੁਹਾਡੇ ਤਾਂ ਦੋ ਹੋ ਗਏ, ਪੜ੍ਹੋ ਪ੍ਰੇਮ ਦੇ ਨਾਲ।